ਜਸ ਬ੍ਰਾਡਕਾਸਟਿੰਗ ਦੇ ਵਿਸ਼ੇਸ਼ ਤੇ ਵਿਲੱਖਣ ਸ਼ੋਅ ਅੱਜ ਦਾ ਮੁੱਦਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਜ਼ਰ ਤੁਹਾਡਾ ਆਪਣਾ ਅਜੀਜ਼ सुरेंद्र ਸਿੰਘ ਅੱਜ ਦਾ ਜਿਹੜਾ ਮੁੱਦਾ ਹੈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਵੇਲੇ ਜਿਹੜਾ ਮਸ਼ਰਕ ਯਾਨੀ ਕਿ ਈਸਟ ਕੋਸਟ ਤੇ ਇਸ ਵੇਲੇ ਸਮਾਂ ਹੋ ਰਿਹਾ ਰਾਤ ਦੇ ਸਹੀ 9:30 ਵਜੇ ਨੇ ਤੇ ਮਗਰਬ ਯਾਨੀ ਕਿ ਵੈਸਟ ਕੋਸਟ ਤੇ ਇਸ ਵੇਲੇ ਸ਼ਾਮ ਦੇ 6:30 ਹੋ ਰਹੇ ਨੇ ਤੇ ਤੁਹਾਡੇ ਕੋਲ ਮੈਂ ਹਾਜ਼ਰ ਹਾਂ ਅੱਜ ਦਾ ਮੁੱਦਾ ਲੈ ਕੇ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਕੋਰੋਨਾ ਵਾਇਰਸ ਦਾ ਜਿਹੜਾ ਵਲਾ ਉਹਦੀ دہشت ਦੇ ਕਾਰਨ ਜਿਹੜੇ ਸਾਡੇ ਟੈਕਸੀ ਚਾਲਕ ਭਰਾ ਨੇ ਉਹਨਾਂ ਦਾ ਕਾਫੀ ਕਾਰੋਬਾਰ ਥੱਲੇ ਗਿਆ ਤੇ ਹੋਰ ਵੀ ਜਿੰਨੇ ਵੀ ਕਾਰੋਬਾਰ ਨੇ ਅਮਰੀਕਾ ਦੇ ਵਿੱਚ ਨਾਰਥ ਅਮਰੀਕਾ ਦੇ ਵਿੱਚ ਕੈਨੇਡਾ ਭਾਵੇਂ ਯੂਰੋਪੀਅਨ ਕੰਟਰੀ ਨੇ ਤੇ ਉੱਥੇ ਜਿਹੜੇ ਆਮ ਲੋਕ ਰੋਜ਼ ਦੀ ਰੋਜ਼ ਕਮਾ ਕੇ ਖਾਣ ਵਾਲੇ ਨੇ ਉਹਨਾਂ ਦੇ ਜਿਹੜੇ ਕਾਰੋਬਾਰ ਤੇ ਬਹੁਤ ਮਾੜਾ ਅਸਰ ਪਿਆ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਰਸਾਂ ਤੇ ਡਾਕਟਰਾਂ ਤੇ ਜਿਹੜੇ ਸਿਹਤ ਮਹਿਕਮੇ ਦੇ ਜਿੰਨੇ ਵੀ ਮੁਲਾਜ਼ਮ ਨੇ ਉਹਨਾਂ ਦੀ ਤਾਰੀਫ਼ ਕੀਤੀ ਹੈ ਤੇ ਉਹਨਾਂ ਨੂੰ ਸਲੂਟ ਕੀਤਾ ਤੇ ਉਹਦੇ ਨਾਲ ਹੀ ਡੋਨਲਡ ਟਰੰਪ ਨੇ ਸਾਰਿਆਂ ਨੂੰ ਅਰਦਾਸ ਕਰਨ ਦੇ ਲਈ ਕਿਹਾ ਰੱਬ ਅਗੇ ਕਿ ਅਸੀਂ ਛੇਤੀ ਤੋਂ ਛੇਤੀ ਇਸ ਤੋਂ ਛੁਟਕਾਰਾ ਪਾ ਸਕੀਏ ਨਾਲ ਹੀ ਡੋਨਲਡ ਟਰੰਪ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਇੱਕ ਆਮ ਕੋਈ ਵਾਇਰਸ ਨਹੀਂ ਜਾਂ ਆਮ ਕੋਈ ਸਿਹਤ ਨੂੰ ਲੈ ਕੇ ਕੋਈ ਫੈਲੀ ਬਿਬਾਹ ਨਹੀਂ ਹੈ ਇਹ ਇੱਕ ਜੰਗ ਹੈ ਉਹਨਾਂ ਦੀ ਇੱਕ ਅਣਦਿਸਦੇ ਦੁਸ਼ਮਣ ਦੇ ਨਾਲ ਤੇ ਭਾਰਤ ਦੇ ਵਿੱਚ ਮੈਂ ਗੱਲ ਕਰਾਂ ਕਿ ਜਿਹੜੀ ਵੱਡੀ ਖਬਰ ਹੈ ਇਸ ਵੇਲੇ ਰਾਜਨ ਗੋਗੋਈ ਨੂੰ ਜਿਹੜਾ ਰਾਜ ਸਭਾ ਦਾ ਮੈਂਬਰ ਬਣਾਇਆ ਨਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਉਹਦੇ ਤੇ ਕਾਫੀ ਜਿਹੜਾ ਹੈ ਸ਼ੋਰ ਸ਼ਰਾਬਾ ਹੋ ਰਿਹਾ ਆਉਣ ਵਾਲੇ ਦਿਨਾਂ ਚ ਅਸੀਂ ਉਹਦੇ ਤੇ ਵੀ ਗੱਲ ਕਰਾਂਗੇ ਸਿੱਧੂ ਨੇ ਕੁਝ ਨਵਜੋਤ ਸਿੱਧੂ ਨੇ ਧਰਮ ਯੁੱਧ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਫਿਲਹਾਲ ਅੱਜ ਦੇ ਮੁੱਦੇ ਦੀ ਗੱਲ ਕਰਦੇ ਹਾਂ ਅਸੀਂ ਅੱਜ ਦਾ ਮੁੱਦਾ ਸਾਡਾ ਹੈਗਾ ਕੀੜੇ ਮਾਰ ਦਵਾਈਆਂ ਅਤੇ ਸਿੱਖ ਨਸਲਕੁਸ਼ੀ ਪੈਸਟੀਸਾਈਡਸ ਐਂਡ ਸਿੱਖ ਜੀਨੋਸਾਈਡ ਏ ਅੱਜ ਦਾ ਸਾਡਾ ਅਹਿਮ ਮੁੱਦਾ ਕਰੋਨਾ ਵਾਇਰਸ ਨੂੰ ਪੁੱਲਜੋਗੇ ਕਾਪੀ ਪੈਨ ਲੈ ਲਓ ਜਿਹੜੇ ਸਾਡਾ ਯੂਥ ਹੈ ਨੌਜਵਾਨ ਨੇ ਮੈਂ ਬੇਨਤੀ ਕਰਦਾ ਸਾਡੇ ਜਿਹੜੇ ਬਜ਼ੁਰਗ ਦੇਖ ਰਹੇ ਨੇ ਉਹ ਆਪਣੇ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਇਹ ਪ੍ਰੋਗਰਾਮ ਬੁਲਾ ਕੇ ਦਿਖਾਉਣ ਕਿਉਂਕਿ ਇਹ ਅਹਿਮ ਮੁੱਦਾ ਸਾਡਾ ਅੱਜ ਦਾ ਮੈਨੂੰ ਲੱਗਦਾ ਕਿ ਪਿਛਲੇ ਜਿੰਨੇ ਵੀ ਸਾਲਾਂ ਦੇ ਵਿੱਚ ਕੁਝ ਅਸੀਂ ਇਸ ਅਜਿਹੇ ਵਿਸ਼ੇ ਤੇ ਗੱਲ ਕੀਤੀ ਹੈ ਉਹਨਾਂ ਸਾਰਿਆਂ ਵਿਸ਼ਿਆਂ ਤੋਂ ਗੰਭੀਰ ਮੁੱਦਾ ਹੈਗਾ ਪੈਸਟੀਸਾਈਡਸ ਐਂਡ ਸਿੱਖ ਜੀਨੋਸਾਈਡ ਕੀੜੇ ਮਾਰ ਦਵਾਈਆਂ ਅਤੇ ਸਿੱਖ ਨਸਲ ਖੁਸ਼ੀ ਕਿਵੇਂ ਹੋਈ 1960 ਦੇ ਵਿੱਚ ਹਰਾ ਇਨਕਲਾਬ ਜਿਹੜਾ ਹੈ ਉਸ ਦਾ ਨਾਰਾ ਦਿੱਤਾ ਗਿਆ ਕਿ ਹਰਾ ਇਨਕਲਾਬ ਤੇ ਨਾਲ ਜੈ ਜਵਾਨ ਜੈ ਕਿਸਾਨ 1960 ਤੋਂ ਹੀ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਖੇਤਾਂ ਦੇ ਵਿੱਚ ਪੰਜਾਬ ਦੀ ਆਬੋ ਹਵਾ ਦੇ ਵਿੱਚ ਪੰਜਾਬ ਦੀਆਂ ਫਸਲਾਂ ਤੇ ਕੁਝ ਅਜਿਹੀਆਂ ਦਵਾਈਆਂ ਛਿੜਕੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਜ਼ਹਿਰ ਹੈ ਉਹ ਜ਼ਹਿਰ ਅਸਰ ਕਿਵੇਂ ਕਰਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਜ਼ਹਿਰਾਂ ਦੇ ਨਾਮ ਕੀ ਨੇ ਵੱਖ-ਵੱਖ ਕੰਪਨੀਆਂ ਨੇ ਜਿਹੜੀਆਂ ਉਹ ਇਹਨਾਂ ਜ਼ਹਿਰਾਂ ਨੂੰ ਤਿਆਰ ਕਰਦੀਆਂ ਨੇ ਕੀੜੇ ਮਾਰ ਦਵਾਈਆਂ ਨੂੰ ਉਹ ਕੰਪਨੀਆਂ ਦਾ ਨਾਮ ਨਹੀਂ ਲਵਾਂਗਾ ਪਰ ਜ਼ਹਿਰਾਂ ਦਾ ਨਾਮ ਮੈਂ ਲੈਣਾ ਤੁਹਾਡੇ ਕੋਲ ਆ ਡਾਈਮੈਥਿਲ ਸੋਡੀਅਮ ਸਾਲਟ ਐਂਡ ਇਥਿਲ ਇਸਟਰ ਦੂਜੇ ਨੰਬਰ ਤੇ ਹੈ ਐਸਟਾ ਮਾਈਪ੍ਰਿਡ ਤੀਜੇ ਨੰਬਰ ਤੇ ਹੈ ਕਾਰਬਨ ਡੈਜ਼ਮ ਚੌਥੇ ਨੰਬਰ ਤੇ ਹੈ ਕਾਰਟੈਪ ਪੰਜਵੇਂ ਨੰਬਰ ਤੇ ਹੈ ਕਾਰਟੈਪ ਹਾਈਡਰੋਕਲੋਰਾਈਡ ਛੇਵੇਂ ਨੰਬਰ ਤੇ ਹੈ ਕਲੋਰੋ ਫ੍ਰਾਈਫਾਸ ਸੱਤਵੇਂ ਨੰਬਰ ਤੇ ਹੈ ਕਲੋਰਡੀਨਾ ਫੋਪ ਪ੍ਰੋਪੈਰੀ ਜੈਲ 8ਵੇਂ ਨੰਬਰ ਤੇ ਹੈ ਸਾਈਫਰ ਮੈਂਥਰਿਨ 9ਵੇਂ ਨੰਬਰ ਤੇ ਹੈ ਡਾਈਫੈਂਥਰੋਨ ਤੇ 10ਵੇਂ ਨੰਬਰ ਤੇ ਹੈ ਪਾਇਰੇਥਰੋਇਡ ਪਾਇਰੇਥਰੋਇਡ ਤੁਸੀਂ ਗੂਗਲ ਕਰ ਸਕਦੇ ਹੋ ਕਾਪੀ ਪੈਨ ਲੈ ਲਓ ਦੇਖ ਲਓ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਸਦੋ ਇਹ ਪ੍ਰੋਗਰਾਮ ਦੇਖਣ ਦੇ ਲਈ ਕਿਉਂਕਿ ਇਹ ਗੰਭੀਰ ਮਸਲਾ ਹੈਗਾ ਜਿਹਦੇ ਤੇ ਗੱਲ ਕਰਨ ਜਾ ਰਿਹਾ ਮੈਂ ਇਹਨਾਂ ਦੇ ਦੂਜੀ ਗੱਲ ਇਹ ਦਵਾਈਆਂ ਛਿੜਕੀਆਂ ਜਾ ਰਹੀਆਂ ਨੇ ਕੀੜੇ ਮਾਰ ਦਵਾਈਆਂ ਜ਼ਹਿਰਾਂ ਨੇ ਵੱਖ-ਵੱਖ ਨਾਵਾਂ ਥੱਲੇ ਨੇ ਕੁਮਾਂਤਰੀ ਪੱਧਰ ਤੇ ਜਿੱਥੇ ਕਿਤੇ ਵੀ ਖੇਤੀ ਹੁੰਦੀ ਹੈ ਉਥੇ ਦਵਾਈਆਂ ਛਿੜਕੀਆਂ ਜਾਂਦੀਆਂ ਨੇ ਪਰ ਸਾਡੇ ਤੇ ਕੁਮਾਂਤਰੀ ਪੱਧਰ ਤੇ ਬਾਕੀ ਮੁਲਕਾਂ ਦੇ ਵਿੱਚ ਜੋ ਛੜਕਾ ਕੀਤੇ ਜਾਂਦੇ ਨੇ ਫਰਕ ਕੀ ਹੈ ਮੈਂ ਫਰਕ ਦੱਸ ਦਿਆਂ ਤੁਹਾਨੂੰ ਪੰਜਾਬ ਚ ਜਿਹੜੀ ਖੇਤੀਯੋਗ ਧਰਤੀ ਹੈ ਕੁੱਲ ਭਾਰਤ ਦਾ ਸਿਰਫ 4% ਹੈ ਸਿਰਫ 4% ਉਹ 4% ਦੀ ਧਰਤੀ ਦੇ ਉੱਤੇ 53% ਇਹ ਦਵਾਈਆਂ ਛਿੜਕੀਆਂ ਜਾ ਰਹੀਆਂ ਨੇ ਇਨਸੈਕਟ ਤੇ ਜਿਹੜੇ ਪੈਸਟ ਨੇ ਉਹਨਾਂ ਨੂੰ ਮਾਰਨ ਦੇ ਲਈ 53% ਦੀ ਕੁੱਲ ਭਾਰਤ ਦੇ ਵਿੱਚ ਜਿਨੀਆਂ ਦਵਾਈਆਂ ਜਾਂ ਕੀੜੇਮਾਰ ਦਵਾਈਆਂ ਸਿਰਕੀਆਂ ਜਾਂਦੀਆਂ ਨੇ ਉਹਨਾਂ ਦਾ 53% ਸਿਰਫ ਪੰਜਾਬ 'ਚ ਛਿੜਕਿਆ ਜਾਂਦਾ ਤੇ ਕੁੱਲ ਭਾਰਤ ਦਾ ਜਿਹੜਾ ਬਾਕੀ 96% ਦੀ ਹਿੱਸਾ ਖੇਤੀਯੋਗ ਉਹਦੇ ਤੇ ਛਿੜਕਿਆ ਜਾਂਦਾ ਸਿਰਫ 47% ਦੀ 47% ਦੀ ਛੜਕਾ ਉੱਥੇ ਕੀਤਾ ਜਾਂਦਾ ਇਹਦੇ ਅਸਰ ਕੀ ਨੇ ਇਹਦੇ ਅਸਰ ਕੀ ਨੇ ਇਹਦੇ ਤੇ ਅਸੀਂ ਗੱਲ ਕਰਾਂਗੇ ਡਾਕਟਰ ਜਸਵੀਰ ਸਿੰਘ ਕੰਗ ਸਾਡੇ ਨਾਲ ਜੁੜਨਗੇ ਪਰ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਅ ਇੱਕ ਪਹਿਲਾਂ ਆਬਾਦੀ ਦਾ ਮੈਂ ਜ਼ਿਕਰ ਕਰ ਦਿਆਂ 1991 ਤੋਂ ਪਹਿਲਾਂ ਜਿਹੜੀ ਹਰ 10 ਸਾਲ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ ਉਹਦੇ ਵਿੱਚ ਲੋਕਾਂ ਦੀ ਗਿਣਤੀ ਕੀਤੀ ਜਾਂਦੀ ਹੈ ਗਿਣਤੀ ਕੀਤੀ ਜਾਂਦੀ ਹੈ ਧਰਮ ਦੀ ਧਰਮ ਬਾਰੇ ਦੱਸਿਆ ਜਾਂਦਾ ਤੇ ਹੋਰ ਬਹੁਤ ਕੁਝ ਉਹਦੇ ਵਿੱਚ ਕੰਮਕਾਰ ਕੀ ਕਰਦੇ ਨੇ ਉਹਨਾਂ ਦੀ ਆਮਦਨ ਕਿੰਨੀ ਆ ਉਹ ਭਾਸ਼ਾ ਕਿਹੜੀ ਬੋਲਦੇ ਨੇ ਇਦਾਂ ਸਾਰਾ ਉਹਨਾਂ ਦਾ ਲੇਖਾ ਜੋਖਾ ਹੁੰਦਾ ਕੁਝ ਅੰਕੜੇ ਨੇ ਮੇਰੇ ਕੋਲ ਜਿਨ੍ਹਾਂ ਦੇ ਬਾਰੇ ਮੈਂ ਤੁਹਾਡੇ ਕੋਲ ਜਾਣਕਾਰੀ ਸਾਂਝੀ ਕਰਨ ਲੱਗਾ 1991 ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਨੌਜਵਾਨ ਸੀ ਜਿਹੜੇ ਮੁੰਡੇ ਕੁੜੀਆਂ ਨੌਜਵਾਨ ਮਿਲਾ ਕੇ ਉਹਨਾਂ ਦੀ ਗਿਣਤੀ ਸੀ 47 ਲੱਖ 1991 ਦੇ ਵਿੱਚ ਜਿਨ੍ਹਾਂ ਦੀ ਉਮਰ 15 ਤੋਂ ਲੈ ਕੇ 34 ਸਾਲ ਦਰਮਿਆਨ ਇਹ ਗਿਣਤੀ ਕੀਤੀ ਇਹ ਵੀ ਨਾਲ ਗਿਣਤੀ ਕੀਤੀ ਜਾਂਦੀ ਹੈ ਤੇ 2001 ਦੇ ਵਿੱਚ ਇਹ ਜਿਹੜੀ 15 ਤੋਂ 34 ਸਾਲ ਦੇ ਨੌਜਵਾਨ ਮੁੰਡੇ ਕੁੜੀਆਂ ਇਹਨਾਂ ਦੀ ਗਿਣਤੀ 47 ਲੱਖ ਤੋਂ ਘਟ ਕੇ 39.2 ਲੱਖ ਰਹਿ ਗਏ ਭਾਵ 8 ਲੱਖ ਗਿਣਤੀ ਘਟ ਗਈ 10 ਸਾਲਾਂ ਦੇ ਵਿੱਚ ਤੇ ਆਪਾਂ 2011 ਤੇ ਆਉਨੇ ਆ ਫਿਰ 2011 ਦੇ ਵਿੱਚ ਇਹ ਗਿਣਤੀ ਸਿਰਫ ਤੇ ਸਿਰਫ 28 ਲੱਖ ਰਹਿ ਗਏ ਭਾ 11 ਲੱਖ ਘਟੀ 10 ਸਾਲਾਂ ਦੇ ਵਿੱਚ ਤੇ 2021 ਦੀ ਮਰਦਮਸ਼ੁਮਾਰੀ ਹਾਲੇ ਹੋਣੀ ਹੈ ਤੇ ਇਹ ਗਿਣਤੀ 28 ਲੱਖ ਤੋਂ ਨੌਜਵਾਨਾਂ ਦੀ ਕਿੱਥੇ ਜਾਏਗੀ ਇਹ ਸਵਾਲ ਹੈ ਇਹ ਮੁੱਦਾ ਹੈ ਇਹ ਪੈਸਟੀਸਾਈਡ ਨਾਲ ਵੀ ਸੰਬੰਧ ਰੱਖਦਾ ਤੇ ਸਿੱਖ ਨਸਲਕੁਸ਼ੀ ਨਾਲ ਵੀ ਸੰਬੰਧ ਰੱਖਦਾ ਕਿਵੇਂ ਰੱਖਦਾ ਇਹਦੇ ਤੇ ਅਸੀਂ ਜੇ ਸਰਕਾਰ ਦੇ ਅੰਕੜੇ ਨੇ ਜਿਹੜੇ ਸਰਕਾਰ ਦੇ ਅੰਕੜੇ ਇਹ ਕਹਿੰਦੇ ਨੇ ਕਿ 2011 ਦੇ ਵਿੱਚ ਜਿਹੜੀ ਪੰਜਾਬ ਦੀ ਮਰਦਮਸ਼ੁਮਾਰੀ ਸੀ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਦੀ ਗਿਣਤੀ 57.69 ਫੀਸਦੀ 58 ਫੀਸਦੀ ਦੇ ਨੇੜੇ ਤੇੜੇ ਜਿਹੜੀ ਹੈ ਉਹ ਦਿਖਾਈ ਜਾ ਰਹੀ ਹੈ ਪਰ ਇਹ 58 ਫੀਸਦੀ ਦੀ ਗਿਣਤੀ ਨਹੀਂ ਹੈ ਇਹ ਦਿਖਾਉਣ ਲਈ ਕੁਝ ਹੋ ਰਿਹਾ ਹੈ ਪਰ ਅੰਦਰ ਕੁਝ ਹੋ ਰਿਹਾ ਹੈ ਜੇ ਜਿਹੜੀਆਂ ਪ੍ਰਾਈਵੇਟ ਨਿੱਜੀ ਏਜੰਸੀਆਂ ਕੁਝ ਸਰਵੇ ਕਰਦੀਆਂ ਨੇ ਸਾਰੇ ਸੂਬਿਆਂ ਦਾ ਪ੍ਰਾਂਤਾਂ ਦਾ ਤਾਂ ਉਹਨਾਂ ਦੇ ਜੇ ਅਸੀਂ ਅੰਕੜਿਆਂ ਨੂੰ ਦੇਖੀਏ ਇਹਦੇ ਵਿੱਚ ਅੰਤਰ ਬਹੁਤ ਜ਼ਿਆਦਾ ਇਹ ਸਾਨੂੰ ਹਲਾ ਕੇ ਰੱਖ ਦਿੰਦੇ ਨੇ ਇਹ ਸਿੱਧਾ ਤੁਹਾਡੇ ਤੇ ਸਾਡੇ ਨਾਲ ਸੰਬੰਧ ਰੱਖਦੇ ਨੇ 1984 ਦੀ ਨਸਲਕੁਸ਼ੀ ਤੁਸੀਂ ਦੇਖਦੇ ਹੋ ਨਵੰਬਰ 1984 ਚ ਕੀ ਹੋਇਆ ਭਾਰਤ ਦੇ ਸ਼ਹਿਰਾਂ ਚ ਦਿੱਲੀ ਦਿੱਲੀ ਤੇ ਹੋਰ ਸ਼ਹਿਰਾਂ ਚ ਉਹ ਸਾਨੂੰ ਸਾਰਿਆਂ ਨੂੰ ਦਿਸਦਾ ਇੱਕ ਚੀਜ਼ ਸਾਨੂੰ ਦਿਸ ਨਹੀਂ ਰਹੀ ਸਾਡੇ ਅੱਖਾਂ ਦੇ ਸਾਹਮਣੇ ਉਹ ਆ ਜਿਹੜੀ ਚੀਜ਼ ਦਿਖਦੀ ਨਹੀਂ ਅੱਜ ਉਹਦੀ ਗੱਲ ਕਰਨ ਲੱਗੇ ਆ ਕੀੜੇ ਮਾਰ ਦਵਾਈਆਂ ਤੇ ਸਿੱਖ ਨਸਲਕੁਸ਼ੀ ਉਸ ਨਸਲ ਕੋਸ਼ੀ ਚ ਉਹ ਲੋਕ ਵੀ ਆ ਜਾਂਦੇ ਨੇ ਭਾਵੇਂ ਉਹ ਸਿੱਖ ਨਹੀਂ ਨੇ ਭਾਵੇਂ ਉਹ ਮੁਸਲਮਾਨ ਨੇ ਜਾਂ ਹਿੰਦੂ ਨੇ ਜਾਂ ਇਸਾਈ ਨੇ ਜਿਹੜੇ ਪਿੰਡਾਂ ਚ ਰਹਿੰਦੇ ਨੇ ਪਿੰਡਾਂ ਚ ਅਸੀਂ ਜਾਣਦੇ ਹਾਂ ਕਿ ਤਾਜ਼ੀ ਹਵਾ ਜੀ ਆਕਸੀਜਨ ਵੱਧ ਮਿਲਦੀ ਹੈ ਸਾਨੂੰ ਕਿ ਪਿੰਡੂ ਲੋਕ ਖੁੱਲੇ ਸੁਭਾਅ ਦੇ ਨੇ ਤੇ ਚਲੋ ਅੱਜ ਨਾਲੇ ਸਾਗ ਤੋੜ ਕੇ ਲੈ ਕੇ ਆਵਾਂਗੇ ਨਾਲੇ ਅਸੀਂ ਮੂਲੀਆਂ ਪਟਾਂਗੇ ਤੇ ਨਾਲੇ ਅਸੀਂ ਗੰਨੇ ਚੁਪਾਂਗੇ ਤੇ ਤਾਜ਼ੀ ਹਵਾ ਲਵਾਂਗੇ ਆਕਸੀਜਨ ਫ੍ਰੀ ਦੀ ਪਰ ਅਜਿਹਾ ਕੁਝ ਨਹੀਂ ਹੈ ਜਦੋਂ ਅਸੀਂ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਜਾਂਦੇ ਆ ਜਾਂ ਜਦੋਂ ਹਵਾ ਚੱਲਦੀ ਹੈ ਅਸੀਂ ਇਨਹੇਲ ਕਰਦੇ ਆ ਜੋ ਵੀ ਹਵਾ ਉਹਦੇ ਚ ਜਿਹੜੀਆਂ ਮੈਂ ਜ਼ਹਿਰਾਂ ਦੇ 10 ਜ਼ਹਿਰਾਂ ਦੇ ਮੈਂ ਨਾਮ ਗਿਣਾਏ ਨੇ ਉਸ ਜ਼ਹਿਰਾਂ ਨੂੰ ਅਸੀਂ ਇਨਹੇਲ ਕਰਦੇ ਆ ਤੇ ਉਹਨਾਂ ਦਾ ਅਸਰ 1960 ਤੋਂ ਇਹ ਅਸੀਂ ਜ਼ਹਿਰਾਂ ਨੂੰ ਅਸੀਂ ਇਨਹੇਲ ਕਰਦੇ ਆ ਰਹੇ ਆਂ ਸਾਹ ਰਾਹੀਂ ਅੰਦਰ ਲੈਂਦੇ ਆ ਰਹੇ ਆਂ ਅਸੀਂ ਪੈਸਿਵ ਤੌਰ ਦੇ ਉੱਤੇ ਉਹਨਾਂ ਦਾ ਅਸਰ ਕੀ ਪੈਂਦਾ ਡਾਕਟਰ ਕੰਗ ਵੀ ਸਾਨੂੰ ਦੱਸਣਗੇ ਪਰ ਇਹਦੇ ਨਾਲ ਸਭ ਤੋਂ ਪਹਿਲਾ ਅਸਰ ਪੈਂਦਾ ਕਿ ਅਸੀਂ ਉਹਨਾਂ ਜ਼ਹਿਰਾਂ ਨੂੰ ਇਨਹੇਲ ਕਰਦੇ ਕਰਦੇ ਮੰਦਬੁੱਧੀ ਹੋ ਜਾਂਦੇ ਆ ਸਾਡੀ ਅਗਲੀ ਪੀੜ੍ਹੀ ਜਿਹੜੀ ਜੰਮਦੀ ਹੈ ਜਨਮ ਲੈਂਦੀ ਹੈ ਅਗਲੇ ਬੱਚੇ ਹੁੰਦੇ ਨੇ ਦੂਜੀ ਪੀੜ੍ਹੀ ਦੇ ਵਿੱਚ ਉਹਨਾਂ ਤੇ ਉਸ ਦਾ ਸਿੱਧਾ ਅਸਰ ਪੈਂਦਾ ਤੇ ਤੀਜੀ ਪੀੜ੍ਹੀ ਤੱਕ ਜਾਂਦੇ ਜਾਂਦੇ ਸਾਡੇ ਚ ਨਿਪੁੰਸਕਤਾ ਹੋਰ ਬਿਮਾਰੀਆਂ ਦੇ ਨਾਲ ਨਾਲ ਨਿਪੁੰਸਕਤਾ ਵੀ ਵੱਧ ਜਾਂਦੀ ਹੈ ਸਾਡੇ ਸਪਰਮ ਜਿਹੜਾ ਕਾਊਂਟ ਹੈ ਉਹ ਹੈਰਾਨਗੀ ਦੇ ਹੱਦ ਤੱਕ ਬਹੁਤ ਮੈਂ ਕਹਿਣਾ ਕਿ ਜਿਹੜੇ ਅੰਕੜੇ ਨੇ ਉਹ ਅੱਗੇ ਆਉਣ ਵਾਲੀ ਮੈਂ ਗੱਲਬਾਤ ਦੇ ਵਿੱਚ ਜ਼ਿਕਰ ਕਰਾਂਗਾ ਉਹਨਾਂ ਦਾ ਉਹ ਉਹ ਬਹੁਤ ਸਾਨੂੰ ਡਰਾ ਰਹੇ ਨੇ ਤੇ ਇਹ ਸੱਚ ਵੀ ਹੈ ਜਿੱਥੇ ਧਰਤੀ ਹੇਠਲਾ ਪਾਣੀ ਕੰਧਲਾ ਹੋ ਰਿਹਾ ਹੈ ਜਿੱਥੇ ਧਰਤੀ ਹੇਠਲਾ ਪਾਣੀ ਹੋਰ ਥੱਲੇ ਜਾ ਰਿਹਾ ਪੰਜਾਬ ਦਾ ਉਹਦੇ ਨਾਲ ਹੀ ਇਹ ਜਿਹੜੀ ਮੈਂ ਗੱਲ ਕਰਨ ਲੱਗਿਆ ਨਾ ਪੈਸਟੀਸਾਈਡ ਤੇ ਸਿੱਖ ਨਸਲ ਕੁਸ਼ੀ ਦੀ ਇਹ ਸਾਡੇ ਰੌਂਗ ਟੇ ਖੜੇ ਕਰਦੀ ਹੈ ਕੋਰੋਨਾ ਵਾਇਰਸ ਦਾ ਕੋਈ ਇਹ ਇਹ ਬਹੁਤ ਥੱਲੇ ਦੀ ਗੱਲ ਰਹਿ ਜਾਂਦੀ ਹੈ ਸੋ ਇਹਦੇ ਚ ਜਿਹੜੇ ਅ 2011 ਦੇ ਮਰਦਮਸ਼ੁਮਾਰੀ ਦੇ ਅੰਕੜੇ ਨੇ ਉਹ ਸਿਰਫ ਤੇ ਸਿਰਫ ਅੱਖਾਂ 'ਚ ਘੱਟਾ ਪਾਉਣ ਵਾਲੇ ਨੇ ਪਰ ਜੇ ਅਸੀਂ ਅ 2001 ਤੇ 2011 ਦੇ 10 ਸਾਲਾਂ ਦੇ ਵਿੱਚ ਸਿੱਖ ਨੌਜਵਾਨਾਂ ਦੀ ਗਿਣਤੀ ਅਸੀਂ ਦੇਖੀ ਤਾਂ 39 ਲੱਖ ਤੋਂ ਘਟ ਕੇ 28 ਲੱਖ ਰਹਿ ਜਾਂਦੀ ਹੈ 11 ਲੱਖ ਦਾ ਫਰਕ ਹੈ ਤੇ 2021 ਦੀ ਜਿਹੜੀ ਮਰਦਮਸ਼ੁਮਾਰੀ ਹੋਊਗੀ ਗੱਲ ਉਥੇ ਕਿੱਥੇ ਜਾਣੀ ਹੈ ਪਰ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸ ਰਿਹਾ ਕਿ 40 ਸਾਲ ਪਹਿਲਾਂ ਲੁਧਿਆਣਾ ਚ ਇੱਕ ਫਰਟੀਲਿਟੀ ਸੈਂਟਰ ਖੁੱਲਿਆ ਸੀਗਾ 40 ਸਾਲ ਪਹਿਲਾਂ ਅੱਜ ਤੋਂ ਇੱਕ ਫਰਟੀਲਿਟੀ ਸੈਂਟਰ ਖੁੱਲਿਆ ਸੀ ਉਹ ਖੁੱਲਿਆ ਸੀਗਾ ਨਾਮ ਉਹਦਾ ਮੈਂ ਦੱਸ ਦਿੰਨਾ ਡਾਕਟਰ ਰਾਮਾ ਸੌਫਤ ਫਰਟੀਲਿਟੀ ਕਲੀਨਿਕ ਉਸ ਤੋਂ ਬਾਅਦ ਦੇ ਜਿਹੜੇ ਉਦੋਂ ਉਹਨਾਂ ਨੇ ਐਲਾਨ ਕੀਤਾ ਸੀ ਉਹ ਕਲੀਨਿਕ ਵਾਲਿਆਂ ਨੇ ਕਿ ਜਿਹੜੇ ਬੇਔਲਾਦ ਜੋੜੇ ਨੇ ਅਸੀਂ ਉਹਨਾਂ ਨੂੰ ਬੱਚਾ ਦੇਨੇ ਆ ਉਦੋਂ ਜਦੋਂ ਅਸੀਂ ਖਬਰ ਪੜ੍ਹੀ ਸੀ ਅਖਬਾਰਾਂ ਦੇ ਵਿੱਚ ਜਾਂ ਇਸ ਦੇ ਬਾਰੇ ਜਾਣਕਾਰੀ ਮਿਲੀ ਸੀ ਜਾਂ ਤੁਹਾਨੂੰ ਮਿਲੀ ਹੋਊਗੀ ਜਿਹੜੇ ਉਸ ਵੇਲੇ ਜਵਾਨ ਹੋਣਗੇ ਪੜ੍ਹਦੇ ਹੋਣਗੇ ਕਾਲਜਾਂ ਯੂਨੀਵਰਸਿਟੀਆਂ ਚ ਉਹਨਾਂ ਨੂੰ ਵੀ ਖੁਸ਼ੀ ਹੋਈ ਹੋਊਗੀ ਕਿ ਇਹ ਤਾਂ ਵਿਗਿਆਨ ਦਾ ਚਮਤਕਾਰ ਹੈ ਕਿ ਜਿਹੜੇ ਲੋਕਾਂ ਦੇ ਬੱਚਾ ਨਹੀਂ ਹੁੰਦਾ ਜਾਂ ਜਿਹੜੇ ਲੋਕ ਬੇਔਲਾਦ ਨੇ ਉਹਨਾਂ ਨੂੰ ਬੱਚਾ ਮਿਲੇਗਾ ਤਾਂ ਇਹ ਤਾਂ ਬਹੁਤ ਰੱਬ ਦੀ ਕਿਰਪਾ ਹੋ ਗਈ ਇੱਕ ਤਰ੍ਹਾਂ ਦੀ ਪਰ ਹੈਰਾਨੀ ਦੀ ਗੱਲ ਹੈ ਕਿ ਉਹ ਇੱਕ ਕਲੀਨਿਕ 40 ਸਾਲ ਪਹਿਲਾਂ ਖੁੱਲਿਆ ਸੀ ਲੁਧਿਆਣਾ ਦੇ ਵਿੱਚ ਅੱਜ ਜਲੰਧਰ ਫਗਵਾੜਾ ਗੋਬਿੰਦਗੜ ਖੰਨਾ ਲੁਧਿਆਣਾ ਤੇ ਹੋਰ ਪਤਾ ਨਹੀਂ ਕਿਤੇ ਕਿਤੇ ਹੈਰਾਨੀ ਦੀ ਗੱਲ ਇਹ ਹੈ ਕਿ ਬਠਿੰਡਾ ਵਰਗੇ ਸ਼ਹਿਰ ਦੇ ਵਿੱਚ 20 ਫਰਟੀਲਿਟੀ ਕਲੀਨਿਕ ਆਈਵੀਐਫ ਸੈਂਟਰ ਟੈਸਟ ਟਿਊਬ ਬੇਬੀ ਤੇ ਫਰਟੀਲਿਟੀ ਕਲੀਨਿਕਸ ਨੇ ਜਿਹੜੇ ਮੈਨੂੰ ਲੱਗਦਾ ਕਿ 400 ਤੋਂ ਉੱਪਰ ਗਿਣਤੀ ਹੈ ਇਹਨਾਂ ਦੀ ਪਿੱਛੇ ਜੇ ਮੈਂ ਐਸੇ ਬਾਰੇ ਜਦੋਂ ਰਿਸਰਚ ਕਰਨੀ ਸ਼ੁਰੂ ਕੀਤੀ ਖੋਜ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ 5-6 ਸਾਲ ਪਹਿਲਾਂ ਇਹਨਾਂ ਦੀ ਗਿਣਤੀ 150 ਸੀ ਅੱਜ ਇਹਨਾਂ ਦੀ 400 ਤੋਂ ਉੱਤੇ ਹੈ ਗਿਣਤੀ ਤੁਸੀਂ ਗੂਗਲ ਕਰਕੇ ਦੇਖੋ ਅਹ ਟੈਸਟ ਟੂ ਬੇਬੀ ਕਲੀਨਿਕਸ ਇਨ ਪੰਜਾਬ ਪਾ ਕੇ ਦੇਖੋ ਬੈਸਟ ਆਈਵੀਐਫ ਸੈਂਟਰ ਤੁਸੀਂ ਪਾ ਕੇ ਦੇਖੋ ਗੂਗਲ ਕਰੋ ਤੁਹਾਨੂੰ ਸੈਂਕੜੇ ਜਿਹੜੀਆਂ ਨੇ ਲਿਸਟਾਂ ਅਗੇ ਤੁਹਾਡੇ ਸਾਹਮਣੇ ਆ ਜਾਣਗੀਆਂ ਗਿਣਨੀਆਂ ਸ਼ੁਰੂ ਕਰਦੇ ਹੋ ਕਿੰਨੇ ਹੁੰਦੇ ਨੇ ਇਹ ਇਹ ਕੀ ਹੈ ਇਹ ਇਹ ਨਸਲ ਖੁਸ਼ੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਅ ਕੁਝ ਸਾਲ ਪਹਿਲਾਂ ਇੱਕ ਘਟਨਾ ਹੋਈ ਸੀ ਜਿੱਥੋਂ ਦੇ ਜਿੱਥੇ ਦੋ પતિ ਪਤਨੀ ਨੇ ਇੱਕ ਜੋੜੇ ਨੇ ਜਾ ਕੇ ਬੱਚਾ ਲਿਆ ਸੀ ਟੈਸਟੂਬੇ ਵੀ ਤੇ ਜਦੋਂ ਉਹਨਾਂ ਦੇ ਬੱਚੇ ਨੇ ਜਨਮ ਲਿਆ ਤਾਂ ਉਹ ਬੱਚੇ ਦੇ ਜਿਹੜੇ ਚਿਹਰਾ ਸੀ ਜਾਂ ਉਹਦੇ ਹਾਵ ਭਾਵ ਸਨ ਜਾਂ ਉਹਦਾ ਰੰਗ ਸੀ ਰੰਗ ਰੂਪ ਸੀ ਉਹ ਮਾਪਿਆਂ ਦੇ ਨਾਲ ਬਿਲਕੁਲ ਨਹੀਂ ਸੀ ਮਿਲਦਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੇਸ ਕੀਤਾ ਸੀ ਉਸ ਕਲੀਨਿਕ ਦੇ ਉੱਤੇ ਤਾਂ ਉੱਥੋਂ ਜਦੋਂ ਜਾਂਚ ਕਰਨ ਤੋਂ ਪਤਾ ਲੱਗਿਆ ਸੀ ਕਿ ਉਹ ਕਿਸੇ ਰਿਕਸ਼ੇ ਵਾਲੇ ਜਾਂ ਰਾਹ ਜਾਂਦੇ ਬੰਦੇ ਤੋਂ ਸਪਰਮ ਲੈ ਕੇ ਉਹ ਉਹਨਾਂ ਨੇ ਟੈਸਟੂ ਬੇਬੀ ਤਿਆਰ ਕੀਤਾ ਸੀਗਾ ਉਹ ਸੋ ਇਹ ਸਾਨੂੰ ਦੁੱਖ ਵੀ ਹੈ ਇਹ ਬਹੁਤ ਜ਼ਿਆਦਾ ਤਰਾਸਦੀ ਹੈ ਇਸ ਵੇਲੇ ਨਸਲ ਕੁਸ਼ੀ ਹੈ ਇਹ ਤੇ ਇਹ ਵੱਡੀ ਗੱਲ ਹੈ ਕਿ ਜਿਹੜੀਆਂ ਭੈਣਾਂ ਸਾਡੀਆਂ ਜਿਹੜੀਆਂ ਬੱਚੀਆਂ ਇਹਨਾਂ 400 ਤੋਂ ਵੱਧ ਕਲੀਨਿਕਾਂ ਤੋਂ ਬੱਚਾ ਲੈ ਰਹੀਆਂ ਨੇ ਉਹ ਜਿਹੜੇ ਬੱਚੇ ਨੂੰ ਦੁੱਧ ਚੰਗਾਉਂਦੀਆਂ ਨੇ ਨਾ ਉਹਨਾਂ ਨੂੰ ਪਤਾ ਨਹੀਂ ਹੈ ਕਿ ਉਹਨਾਂ ਦਾ ਪਿਤਾ ਕੌਣ ਹੈ ਇਹ ਤਰਾਸਦੀ ਹੈ ਇਹ ਸਾਡਾ ਅੱਜ ਦਾ ਮੁੱਦਾ ਹੈ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਜਲਦੀ ਮਿਲਦੇ ਆ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰ ਮੁੜ ਕੇ ਸਵਾਗਤ ਹੈ ਜਸ ਪੰਜਾਬੀ ਦੇ ਅੱਜ ਦਾ ਮੁੱਦਾ ਲੈ ਕੇ ਹਾਜ਼ਰ ਤੇ ਮੁੱਦਾ ਹੈਗਾ ਪੈਸਟੀਸਾਈਡਸ ਐਂਡ ਸਿਕ ਜੀਨੋਸਾਈਡ ਕੀੜੇ ਮਾਰ ਦਵਾਈਆਂ ਅਤੇ ਸਿੱਖ ਨਸਲ ਕੁਸ਼ੀ ਬਹੁਤ ਗੰਭੀਰ ਕਿਸਮ ਦਾ ਮੁੱਦਾ ਹੈ ਮੈਂ ਨਾਲ-ਨਾਲ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਇਹ ਪ੍ਰੋਗਰਾਮ ਦੇਖਣ ਲਈ ਤੁਸੀਂ ਬੇਨਤੀ ਕਰੋ ਤੇ ਕੌਕੀ ਉਹ ਬੱਚੇ ਇਸ ਪ੍ਰੋਗਰਾਮ ਦਾ ਹਿੱਸਾ ਬਣਦੇ ਤੇ ਉਹ ਕਾਲ ਕਰਨੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਦੱਸਿਆ ਕਿ ਕਿਸ ਤਰੀਕੇ ਨਾਲ 1960 ਤੋਂ ਲਗਾਤਾਰ ਸਵਾਲ ਨੇ ਕਿ ਕੀ ਸਿਰਫ ਪੰਜਾਬ ਦੇ ਵਿੱਚ ਹਰਾ ਇਨਕਲਾਬ ਆਉਣਾ ਸੀ ਇਹ ਜਿਹੜੇ ਪੈਸਿਸਾਈਜ਼ ਜਿਨ੍ਹਾਂ ਦੇ ਮੈਂ ਨਾਮ ਲਏ ਨੇ ਇਹਨਾਂ ਦੇ ਕਾਰਨ ਪੂਰੀ ਮਾਲਵਾ ਪੱਟੀ ਕੈਂਸਰ ਦੀ ਲਪੇਟ ਵਿੱਚ ਆ ਚੁੱਕੀ ਹੈ ਚਮੜੀ ਦੇ ਰੋਗ ਹੋ ਚੁੱਕੇ ਨੇ ਦੰਦਾਂ ਦੀਆਂ ਬਿਮਾਰੀਆਂ ਲੱਗ ਚੁੱਕੀਆਂ ਨੇ ਤੇ ਵਾਲਾਂ ਦੀਆਂ ਦੰਦਾਂ ਦੀਆਂ ਤੇ ਹੋਰ ਗੰਭੀਰ ਕਿਸਮ ਦੇ ਰੋਗ ਪੈਦਾ ਹੋ ਰਹੇ ਨੇ ਮਾਲਵਾ ਬੈਲਟ ਦੇ ਵਿੱਚ ਦੁਆਬਾ ਵੀ ਇਸ ਦੀ ਚਪੇਟ ਦੇ ਵਿੱਚ ਆ ਚੁੱਕਾ ਹੈ ਪੂਰੀ ਤਰ੍ਹਾਂ ਤੇ ਮਾਝਾ ਵੀ ਹੌਲੀ-ਹੌਲੀ ਉਹਦੇ ਤੇ ਵੀ ਅਸਰ ਹੋ ਰਿਹਾ ਹੈ ਪਰ ਜਿਹੜੀ ਸਭ ਤੋਂ ਜਿਹੜੀ ਘਾਤਕ ਗੱਲ ਹੈ ਉਹ ਹੈ ਕਿ ਵੱਡੀ ਗਿਣਤੀ ਦੇ ਵਿੱਚ ਫਰਟੀਲਿਟੀ ਕਲੀਨਿਕਸ ਦਾ ਖੁੱਲਣਾ ਪੰਜਾਬ ਦੇ ਵਿੱਚ 40 ਸਾਲ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਫਰਟੀਲਿਟੀ ਸੈਂਟਰ ਖੁੱਲਿਆ ਸੀ ਲੋਕਾਂ ਨੇ ਖੁਸ਼ੀ ਜ਼ਾਹਰ ਕੀਤੀ ਸੀ ਉਸ ਦੇ ਉੱਤੇ ਕਿ ਬੇਔਲਾਦ ਜੋੜੇ ਨੇ ਜਿਹੜੇ ਉਹ ਬੱਚਾ ਹਾਸਲ ਕਰ ਸਕਣਗੇ ਪਰ ਅੱਜ 400 ਤੋਂ ਵੱਧ ਗਿਣਤੀ ਹੋ ਚੁੱਕੀ ਹੈ ਉਹਨਾਂ ਫਰਟੀਲਿਟੀ ਸੈਂਟਰਾਂ ਦੀ ਕੀ ਅਸੀਂ ਇਸ ਨੂੰ ਸਿੱਖ ਨਸਲ ਕੁਸ਼ੀ ਵਜੋਂ ਦੇਖ ਸਕਦੇ ਹਾਂ ਤੇ ਹੋਰ ਜਿਹੜੀਆਂ ਇਹ ਦਵਾਈਆਂ ਨੇ ਜਿਹੜੀਆਂ ਦਾ ਮੈਂ ਜ਼ਿਕਰ ਕੀਤਾ ਇਹ ਹੋਰ ਕਿਸ ਤਰੀਕੇ ਨਾਲ ਅਸਰ ਕਰਦੀਆਂ ਨੇ ਇਹਨਾਂ ਦਾ ਮਨੁੱਖੀ ਜੀਵਨ ਦੇ ਉੱਤੇ ਕੀ ਅਸਰ ਹੈ ਤੇ ਮਸਲਾ ਹੋਰ ਵੀ ਹੈ ਇੱਕ ਸਵਾਲ ਹੋਰ ਵੀ ਆਉਂਦਾ ਸਾਡੇ ਸਾਹਮਣੇ ਕਿ ਕੀ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਐਕਸਪਰਟਸ ਨੇ ਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਸਿਰਫ 4% ਦੀ ਧਰਤੀ ਦੇ ਉੱਤੇ 53% ਦੀ ਪੈਸਟੀਸਾਈਡਸ ਦੀ ਮਾਤਰਾ ਜਿਹੜੀ ਉਹ ਸਪਰੇਅ ਕੀਤੀ ਜਾ ਰਹੀ ਹੈ ਕੀ ਪੰਜਾਬ ਦੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕੀ ਜਿਹੜੇ ਪੰਜਾਬ ਦੇ ਸਿਆਸਤਦਾਨ ਨੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਇਹ ਕੁਝ ਸਵਾਲ ਨੇ ਜਿਨ੍ਹਾਂ ਦੇ ਉੱਤੇ ਆਪਾਂ ਚਰਚਾ ਕਰਾਂਗੇ ਪਰ ਸਭ ਤੋਂ ਪਹਿਲਾਂ ਸਾਡੇ ਨਾਲ ਡਾਕਟਰ ਜਸਬੀਰ ਸਿੰਘ ਕੰਗ ਜਿਹੜੇ ਫਿਜ਼ੀਸ਼ੀਨ ਵੀ ਨੇ ਤੇ ਅਜਿਹੇ ਮਸਲਿਆਂ ਦੇ ਉੱਤੇ ਬਹੁਤ ਤਿੱਖੀ ਨਜ਼ਰ ਵੀ ਰੱਖਦੇ ਨੇ ਉਹਨਾਂ ਬਾਰੇ ਡੂੰਘਾਈ ਦੇ ਨਾਲ ਉਹਨਾਂ ਕੋਲ ਵੀ ਜਾਣਕਾਰੀ ਹੈ ਉਹਨਾਂ ਦੇ ਨਾਲ ਅਸੀਂ ਵਿਚਾਰ ਸਾਂਝੇ ਕਰਾਂਗੇ ਉਹ ਸਾਡੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ ਡਾਕਟਰ ਕੰਗ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ सुरेंद्र ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੇ ਆਪਾਂ ਜਿਹੜਾ ਅੱਜ ਦਾ ਮੁੱਦਾ ਅਸੀਂ ਜਿਸ ਦੇ ਬਾਰੇ ਜ਼ਿਕਰ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੈਸਟੀਸਾਈਡਸ ਜਿਹੜੇ ਹੈ ਨੇ ਉਹ ਉਹਨਾਂ ਦਾ ਸਪਰੇਅ ਕੀਤਾ ਜਾਂਦਾ ਤੇ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਹੈ ਉਹਦੇ ਤੇ ਚੈੱਕ ਨਹੀਂ ਹੈ ਉਹਦੇ ਨਤੀਜੇ ਕੀ ਨਿਕਲ ਰਹੇ ਨੇ ਮੈਂ ਦੱਸਿਆ ਕਿ ਜਿਹੜਾ ਲੁਧਿਆਣਾ ਦੇ ਵਿੱਚ 40 ਸਾਲ ਪਹਿਲਾਂ ਇੱਕ ਫਰਟੀਲਿਟੀ ਕਲੀਨਿਕ ਸੀ ਅੱਜ 400 ਤੋਂ ਵੱਧ ਉਹਨਾਂ ਦੀ ਗਿਣਤੀ ਹੋ ਚੁੱਕੀ ਹੈ ਤੁਹਾਡਾ ਕੀ ਵਿਚਾਰ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਹ ਸੁਰਿੰਦਰ ਦੇਖੋ ਜੀ ਇਦਾਂ ਜਿਹੜਾ ਇਨਸਾਨ ਹੈ ਉਹ ਆਪਣੀ এনवायरमेंट ਦੀ ਬਾਈ ਪ੍ਰੋਡਕਟ ਆ ਆਪਾਂ ਉਸ ਮਿੱਟੀ ਦੇ ਬਣੇ ਹੋਏ ਆ ਉਸ ਹਵਾ ਹਵਾ ਦੇ ਬਣੇ ਹੋਏ ਆ ਜੀ ਜੀ ਤੇ ਜਿਹੜੇ ਜਿਹੜੇ ਸਾਡੇ ਸਰੀਰ ਦੇ ਸੈੱਲ ਨੇ ਉਹ ਭਾਵੇਂ ਉਹ ਦਿਮਾਗ ਦੇ ਹੋਣ ਭਾਵੇਂ ਉਹ ਰਿਪਰੋਡਕਸ਼ਨ ਤੁਸੀਂ ਪਹਿਲਾਂ ਫਾਰਮ ਦੀ ਗੱਲ ਕੀਤੀ ਸੀ ਲੇਡੀਜ਼ ਦੀ ఓਵਰੀਜ਼ ਹੋਣ ਬੇਸਿਕਲੀ ਉਸਦਾ ਅਸਰ ਤੁਹਾਡੇ ਸਾਰੇ ਸਰੀਰ ਤੇ ਹੁੰਦਾ ਜੀ ਤੇ ਤੁਸੀਂ ਜਿਹੜੀ ਜਿਹੜਾ ਮੁੱਦਾ ਉਠਾਇਆ ਬੜਾ ਗੰਭੀਰ ਮਸਲਾ ਹੈਗਾ ਲੋਕਾਂ ਨੂੰ ਇਸ ਚੀਜ਼ ਬਾਰੇ ਧਿਆਨ ਦੇਣ ਦੀ ਲੋੜ ਆ ਦੇਖੋ ਅੱਜ ਤੋਂ ਜੇ ਤੁਸੀਂ ਤੁਸੀਂ 30 40 ਸਾਲ ਪਹਿਲਾਂ ਦੀ ਗੱਲ ਕੀਤੀ ਸੀ ਪੰਜਾਬ ਦੇ ਵਿੱਚ ਜਿਹੜੇ ਸਪੋਰਟਸਮੈਨਸ ਸੀ ਇੰਡੀਆ 'ਚ ਨੰਬਰ 1 ਹੁੰਦੇ ਸੀ ਬਿਲਕੁਲ ਅੱਜਕੱਲ ਸਪੋਰਟਸਮੈਨ ਆਪਣੇ ਪੰਜਾਬ ਦੇ ਬਹੁਤ ਪਿੱਛੇ ਚਲੇ ਗਏ ਨੇ ਹੂੰ ਹੂੰ ਪਹਿਲਾਂ ਪੰਜਾਬ ਦੇ ਵਿੱਚ ਆਰਮੀ ਦੇ ਵਿੱਚ ਬਹੁਤ ਨੌਜਵਾਨ ਜਾਂਦੇ ਸੀ ਹੂੰ ਉਹਨਾਂ ਨੂੰ ਇੰਨਾ ਬੰਦੇ ਨਹੀਂ ਲੱਭ ਰਹੇ ਜਿਹੜੇ ਫਿਟਨੈਸ ਟੈਸਟ ਪਾਸ ਕਰ ਸਕਣ। ਸੋ ਜਿਹੜੀ ਜਿਹੜੀ ਲੋਕਾਂ ਦੀ ਐਕਾਡੈਮਿਕ ਲੈਵਲ ਜਿਹੜੀ ਐਕਾਡੈਮਿਕ ਸੀ ਆਪਣੇ ਲੋਕ ਆਈਐਸ ਆਈਪੀਐਸ ਹੋਰ ਸਰਵਿਸਾਂ ਜਾਂਦੇ ਉਹ ਵੀ ਪੰਜਾਬ ਦਾ ਰੇਸ਼ੋ ਅੱਗੇ ਉਹਨਾਂ ਬਹੁਤ ਘੱਟ ਗਿਆ। ਸੋ ਇਹ ਜਿਹੜੇ ਕੈਮੀਕਲਸ ਨੇ ਇਹ ਕੱਲਾ ਕੈਂਸਰ ਨਹੀਂ ਕਰਦੇ ਜਿਵੇਂ ਤੁਸੀਂ ਦੱਸਿਆ ਵੀ ਉਹਦੇ ਨਾਲ ਜਿਹੜੀ ਨੈਕਸਟ ਪਨੀਰੀ ਆ ਤੁਹਾਡੀ ਉਹ ਵੀ ਕਮਜ਼ੋਰ ਹੋ ਰਹੀ ਹੈ ਜਿਹੜੀ ਨੈਕਸਟ ਜਨਰੇਸ਼ਨ ਆ ਜੀ ਫਰਟੀਲਿਟੀ ਘੱਟ ਰਹੀ ਆ ਮੈਂਟਲ ਇਲਨਸਸ ਸੈਰੀਵਲ ਪਾਲਿਸੀ ਜੀ ਤੇ ਉਹਨਾਂ ਦੀ ਜਿਹੜੀ ਓਵਰਆਲ ਹੈਲਥ ਹੈ ਜਾਂ ਓਵਰਆਲ ਡਿਵੈਲਪਮੈਂਟ ਹੈ ਉਸ ਤੇ ਜਿਹੜਾ ਤੁਹਾਡੇ ਜੀਨਸ ਤੇ ਅਸਰ ਪੈ ਰਿਹਾ ਜਿਹੜੀ ਤੁਹਾਡੀ ਮੈਕਸ ਪਨੀਰੀ ਆ ਉਹ ਕਮਜ਼ੋਰ ਹੋ ਰਹੀ ਆ ਸੋ ਤੁਸੀਂ ਗੱਲ ਕੀਤੀ ਇਨਸੈਕਟੀਸਾਈਡ ਪੈਸਟੀਸਾਈਡ ਤੇ ਫਰਟੀਲਾਈਜ਼ਰ ਜੀ ਜਿਹੜੇ ਫਰਟੀਲਾਈਜ਼ਰਸ ਵੀ ਨੇ ਉਹਦੇ ਉਹਦਾ ਵੀ ਜਿਹੜਾ ਰੇਸ਼ੋ ਹੈ ਨਾ ਜਿਹੜਾ ਨਾਈਟ੍ਰੋਜਨ ਫਾਸਫਰਸ ਤੇ ਪੋਟਾਸ਼ੀਅਮ ਦਾ ਉਹ ਵੀ ਰੇਸ਼ਿਓ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਨਾਲੋਂ ਕਿਤੇ ਜ਼ਿਆਦਾ ਹੈ ਇਹ ਨਹੀਂ ਵੀ ਇਹ ਦਵਾਈਆਂ ਹੋਰ ਜਗ੍ਹਾ ਯੂਜ਼ ਨਹੀਂ ਹੁੰਦੀਆਂ ਹੁੰਦੀਆਂ ਪਰ ਜਿਹੜਾ ਅਨੁਪਾਤ ਹੈ ਜਿਹੜੀ ਉਹਦੀ ਪਰਸੈਂਟੇਜ ਹੈ ਉਹ ਪੰਜਾਬ ਦੇ ਵਿੱਚ ਹੋਰ ਸੂਬਿਆਂ ਨਾਲੋਂ ਕਿਤੇ ਜ਼ਿਆਦਾ ਹੈ ਜੀ ਇਹਦੇ ਤੇ ਜਿਹੜਾ ਬੜੇ ਗੰਭੀਰ ਇਫੈਕਟ ਹੋ ਸਕਦੇ ਨੇ ਇਹ ਨਹੀਂ ਵੀ ਪੰਜਾਬ ਦੇ ਸਾਇੰਟਿਸਟ ਸਾਇੰਟਿਸਟਾਂ ਨੂੰ ਪਤਾ ਨਹੀਂ ਪੰਜਾਬ 'ਚ ਬੜੇ ਸਮਝਦਾਰ ਵਿਦਵਾਨ ਲੋਕ ਹੈਗੇ ਨੇ ਪਰ ਮੇਰੇ ਖਿਆਲ 'ਚ ਉਹਨਾਂ ਦੀ ਆਵਾਜ਼ ਜਿਹੜੀ ਆਮ ਲੋਕਾਂ ਤੱਕ ਹੀ ਜਾਂ ਪਹੁੰਚ ਨਹੀਂ ਰਹੀ ਯਾ ਆਮ ਲੋਕ ਸੁਣ ਨਹੀਂ ਰਹੇ ਇਸ ਗੱਲ ਜੀ 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 ਇਹ ਇਹਦੇ ਲਈ ਤੁਸੀਂ ਜਿਹੜੀ ਮੁੱਖ ਜ਼ਿੰਮੇਵਾਰੀ ਆ ਉਹ ਕਿਸਾਨ ਦੇ ਉੱਤੇ ਪਾਉਨੇ ਹੋ ਜਾਂ ਐਕਸਪਰਟਸ ਨੇ ਜਾਂ ਪ੍ਰਸ਼ਾਸਨਿਕ ਜਿਹੜੇ ਅਧਿਕਾਰੀ ਹੁੰਦੇ ਨੇ ਜਿਹੜੇ ਸਿੱਧੇ ਤੌਰ ਦੇ ਉੱਤੇ ਕਿਸਾਨਾਂ ਦੇ ਨਾਲ ਜੁੜੇ ਹੁੰਦੇ ਨੇ ਤੁਸੀਂ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਦੇਖੋ ਜੀ ਇਹ ਸਾਂਝੀ ਜ਼ਿੰਮੇਵਾਰੀ ਆ ਕਿਸਾਨ ਵਿਚਾਰੇ ਨੇ ਰੋਟੀ ਖਾਣੀ ਆ ਜਦੋਂ ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਆ ਜੀ ਸਾਨੂੰ ਤਾਂ ਸਿਰਫ ਦੋ ਫਸਲਾਂ ਹੀ ਨੇ ਜਿਹੜੀਆਂ ਅਸੀਂ ਜਿਨ੍ਹਾਂ 'ਚ ਸਾਨੂੰ ਫਾਈਨੈਂਸ਼ੀਅਲੀ ਕੋਈ ਬੈਨੀਫਿਟ ਹੁੰਦਾ ਹੈਗਾ ਹੂੰ ਹੂੰ ਸੋ ਫਸਲਾਂ ਨੂੰ ਉਹ ਵਧਾਉਣ ਦੇ ਲਈ ਹੋਰ ਵਰਤੀ ਜਾਂਦੇ ਨੇ ਬਾਕੀ ਜਿਹੜੀ ਮਾਰਕੀਟਿੰਗ ਆ ਜਿਹੜੀਆਂ ਕੰਪਨੀਆਂ ਉਹਨਾਂ ਦੇ ਲਈ ਕੋਈ ਕਾਨੂੰਨ ਨਹੀਂ ਦੇਖੋ ਪੈਸਟੀਸਾਈਡ ਇਨਸੈਕਟੀਸਾਈਡ ਫਰਟੀਲਾਈਜ਼ਰ ਅਮਰੀਕਾ 'ਚ ਵੀ ਯੂਜ਼ ਹੁੰਦੇ ਹੋਰ ਕੰਟਰੀਆਂ 'ਚ ਪਰ ਉਹਦੇ ਜਿਹੜੇ ਕਾਨੂੰਨ ਨੇ ਬਹੁਤ ਸਖਤ ਨੇ ਬਹੁਤ ਜ਼ਿਆਦਾ ਸਖਤੀ ਆ ਵੀ ਤੁਸੀਂ ਕਿੰਨੀ ਪਰਸੈਂਟੇਜ ਉਹਨਾਂ ਦੀ ਯੂਜ਼ ਕਰ ਸਕਦੇ ਆ ਤੇ ਕਿਹੜੇ ਕੈਮੀਕਲ ਯੂਜ਼ ਕਰ ਸਕਦੇ ਨੇ ਕਈ ਇਹੋ ਜਿਹੇ ਕੈਮੀਕਲ ਨੇ ਜਿਹੜੇ ਕੀ ਹਾਂ ਹੋਰ ਡਿਵੈਲਪਡ ਕੰਟਰੀਆਂ ਜੀ ਬੈਨ ਹੋ ਚੁੱਕੇ ਨੇ ਉਹ ਹਿੰਦੁਸਤਾਨ 'ਚ ਅਜੇ ਵੀ ਯੂਜ਼ ਹੁੰਦੇ ਨੇ ਸੋ ਇਹ ਜ਼ਿੰਮੇਵਾਰੀ ਡੈਫੀਨਿਟਲੀ ਸਾਂਝੀ ਆ ਮੈਂ ਕਹਾਂਗਾ ਕਿ ਇਹਦੇ ਵਿੱਚ ਜਿਹੜੇ ਉੱਥੇ ਦੇ ਇੰਟੈਲੈਕਚੁਅਲਸ ਨੇ ਸਾਇੰਸਦਾਨ ਨੇ ਗਵਰਨਮੈਂਟ ਦੀ ਤਾਂ ਹੈ ਹੀ ਹੈ ਤੇ ਲੋਕਾਂ ਦੀ ਵੀ ਹੈਗੀ ਆ ਲੋਕ ਆਵਾਜ਼ ਕਿਉਂ ਨਹੀਂ ਬੁਲੰਦ ਕਰਦੇ ਜੀ ਅਸੀਂ ਹੋਰ ਫालतू ਚੀਜ਼ਾਂ ਦੇ ਇੰਨਾ ਰੋਲਾ ਪਾਉਂਦੇ ਆ ਜਦੋਂ ਕਿ ਇਹ ਘਾਤਕ ਹੋ ਸਕਦਾ ਪੰਜਾਬ ਦੀ ਪੋਪੂਲੇਸ਼ਨ ਲਈ ਆਉਣ ਵਾਲੇ 10-20 ਸਾਲਾਂ ਦੇ ਵਿੱਚ ਸੋ ਮੇਰੇ ਹਿਸਾਬ ਨਾਲੇ ਕਲੈਕਟਿਵ ਰਿਸਪੌਂਸਿਬਿਲਟੀ ਹੈ ਘਾਤਕਤਾ ਹੋ ਚੁੱਕਿਆ ਜੀ ਕਿਉਂਕਿ 40 ਸਾਲ ਪਹਿਲਾਂ ਇੱਕ ਕਲੀਨਿਕ ਖੁੱਲਿਆ ਸੀ ਤੇ ਅੱਜ 400 ਤੋਂ ਵੱਧ ਨੇ ਘਾਤਕਤਾ ਬਹੁਤ ਜ਼ਿਆਦਾ ਹੋ ਚੁੱਕਾ ਹੈ ਤੇ ਜਿਹੜੀ ਦਰ ਹੈ ਦੋਵੇਂ ਪਾਸੇ ਮਾਰ ਪੈ ਰਹੀ ਹੈ ਇੱਕ ਤਾਂ ਇਹ ਐਸ ਗੱਲ ਕਰਕੇ ਲੋਕ ਘੱਟ ਬੱਚੇ ਰੱਖ ਰਹੇ ਨੇ ਆਪਣੇ ਕਿ ਜ਼ਮੀਨ ਨਾ ਵੰਡੀ ਜਾਵੇ ਨੌਕਰੀਆਂ ਨਹੀਂ ਮਿਲਦੀਆਂ ਪੜ੍ਹਾਈ ਮਹਿੰਗੀ ਹੋ ਗਈ ਹੈ ਪਰ ਇਹ ਜਿਹੜੀ ਪੈਸਟੀਸਾਈਜ਼ ਦੇ ਸਪਰੇ ਦੀ ਜਿਹੜੀ ਗੱਲ ਮੈਂ ਕਰ ਰਿਹਾ ਹਾਂ ਇਨੇ ਕਾਫੀ ਵੱਡਾ ਅਸਰ ਪਾਇਆ ਕੀ ਕਿਸਾਨ ਆਗੂਆਂ ਨੂੰ ਇਹਦੇ ਬਾਰੇ ਕੋਈ ਲਹਿਰ ਨਹੀਂ ਚਲਾਉਣੀ ਚਾਹੀਦੀ ਪੰਜਾਬ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਬਿਲਕੁਲ ਚਲਾਉਣੀ ਚਾਹੀਦੀ ਹੈ ਜੀ ਆਫਟਰ ਆਲ ਜਿਹੜੇ ਇਫੈਕਟ ਜਿਹੜਾ ਇਸ ਚੀਜ਼ ਦਾ ਹੈਗਾ ਦੇਖੋ ਤਿੰਨ ਗੱਲਾਂ ਨੇ ਇੱਕ ਤਾਂ ਤੁਹਾਡਾ ਖਾਣਾ ਪੀਣਾ ਜੀ ਇੱਕ ਹਵਾ ਹੂੰ ਤੇ ਪਾਣੀ ਪਾਣੀ ਵਿੱਚ ਜਿਹੜੇ ਉਹ ਕੈਮੀਕਲ ਪਾ ਰਹੇ ਨੇ ਉਹਦਾ ਜਿਆਦਾ ਅਸਰ ਤਾਂ ਪਿੰਡਾਂ ਤੇ ਆ ਤੇ ਕਿਸਾਨ ਜਿਹੜੇ ਲੀਡਰ ਨੇ ਉਹਨਾਂ ਨੂੰ ਇਸ ਚੀਜ਼ ਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਇਹ ਕੋਈ ਕੋਈ ਪੋਲਿਟਿਕਲ ਜਾਂ ਇੱਕ ਪਾਰਟੀ ਜਾਂ ਇੱਕ ਧਰਮ ਦਾ ਮਸਲਾ ਨਹੀਂ ਹੈ ਇਹ ਸਾਰੇ ਪੰਜਾਬ ਦੀਆਂ ਜਿੰਨੀਆਂ ਕਿਸਾਨ ਯੂਨੀਅਨਾਂ ਹੈਗੀਆਂ ਉਹਨਾਂ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਨਹੀਂ ਤਾਂ ਤੁਸੀਂ ਆਲਰੇਡੀ ਦੱਸ ਰਹੇ ਹੋ ਵੀ ਬਹੁਤ ਨੁਕਸਾਨ ਹੋਇਆ ਤੇ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋਏਗਾ ਆਉਣ ਵਾਲੇ ਸਾਲਾਂ 'ਚ ਜੀ ਇਹ ਡੈਮੋਗ੍ਰਾਫਿਕਲੀ ਚੇਂਜ ਤੁਸੀਂ ਜਿਹੜੇ ਹੋਣੀ ਹੈ ਹੁਣ ਹੋ ਰਹੀ ਆ ਜਾਂ ਪੰਜਾਬ ਦੇ ਵਿੱਚ ਜਾਂ ਕਾਫੀ ਹੱਦ ਤੱਕ ਹੋ ਚੁੱਕੀ ਹੈ ਲੁਧਿਆਣਾ ਜਲੰਧਰ ਮੰਡੀ ਗੋਵਿੰਦਗੜ੍ਹ ਰਾਜਪੁਰਾ ਰੋਪੜ ਕੁਰਾਲੀ ਇਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਬਹੁਤ ਸਾਰਾ ਜਿਹੜਾ ਪ੍ਰਵਾਸ ਹੋ ਰਿਹਾ ਉਧਰੋਂ ਅਸੀਂ ਦੇਖਦੇ ਹਾਂ ਯੂਪੀ ਬਿਹਾਰ ਦੇ ਵਿੱਚੋਂ ਤੇ ਇਹ ਜਿਹੜੀ ਚੀਜ਼ ਛੱਟ ਮਾਰ ਰਹੀ ਹੈ ਇਹਦੇ ਨਾਲ ਕਾਫੀ ਮਸਲਾ ਆਉਣ ਵਾਲੇ ਸਮੇਂ ਦੇ ਵਿੱਚ ਵਿਗੜ ਨਹੀਂ ਸਕਦਾ ਵਿਗੜ ਤਾਂ ਰਿਹਾ ਜੀ ਤੇ ਕਾਫੀ ਪੋਸਿਬਿਲਿਟੀ ਹੈ ਵੀ ਆਉਣ ਵਾਲੇ 10 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੇ ਸਿੱਖ ਵਸੋਂ ਆ ਉਹ ਘੱਟ ਗਿਣਤੀ ਹੋ ਜਾਏਗੀ ਉਹਦੇ ਦੋ ਇਸ਼ੂਜ਼ ਨੇ ਇੱਕ ਤਾਂ ਤੁਸੀਂ ਆਲਰੇਡੀ ਰੇਜ਼ ਕੀਤਾ ਬਾਕੀ ਇਮੀਗ੍ਰੇਸ਼ਨ ਹੈ ਤੀਜੀ ਆਊਟ ਇਮੀਗ੍ਰੇਸ਼ਨ ਬਹੁਤ ਆਪਣੀ ਕਮਿਊਨਿਟੀ ਦੀ ਹੂੰ ਸੋ ਜਿਹੜਾ ਤੁਸੀਂ ਆ ਜਿਹੜਾ ਸੀਗੀ ਸੇਖਾਂ ਦੀ ਆਬਾਦੀ ਅੱਜ ਤੋਂ 20 ਸਾਲ ਪਹਿਲਾਂ ਕੋਈ 64% ਸੀ ਹੁਣ 57 58 ਤੁਸੀਂ ਦੱਸ ਰਹੇ ਹੋ ਉਹ ਵੀ ਜਿਹੜੇ 9 ਸਾਲ ਪੁਰਾਣਾ ਡਾਟਾ ਹੈਗਾ ਜਿਹੜਾ 2021 ਚੋਂ ਆ ਤੇ ਇਹ ਡਾਟਾ ਹੋਰ ਚੇਂਜ ਆ ਬਾਕੀ ਆਪਣੀ ਕਮਿਊਨਿਟੀ ਦੀ ਜਿਹੜੀ ਪਾਪੂਲੇਸ਼ਨ ਆ ਤੁਸੀਂ ਦੱਸਿਆ ਵੀ ਜਿਹੜਾ ਸਭ ਤੋਂ ਘੱਟ ਇੰਡੀਆ ਦੇ ਵਿੱਚ ਜਿਹੜੀ ਪਾਪੂਲੇਸ਼ਨ ਗਰੋਥ ਹੈਗੀ ਆ ਉਹ ਆਪਣੀ ਕਮਿਊਨਿਟੀ ਦੀ ਹੈਗੀ ਆ ਤੇ ਜਿਹੜੀ ਪਾਪੂਲੇਸ਼ਨ ਹੋ ਰਹੀ ਆ ਉਹਦੀ ਕੁਆਲਿਟੀ ਵੀ ਨਹੀਂ ਅੱਛੀ ਸੋ ਇਹਦਾ ਇਹਦਾ ਬਿਲਕੁਲ ਓਬਵੀਅਸ ਹੈਗਾ ਵੀ ਕਿਉਂਕਿ ਅੱਜ ਦੇ ਜਮਾਨੇ 'ਚ ਜਿਹੜਾ ਰਾਜ ਹੈਗਾ ਉਹ ਵੋਟਾਂ ਦੀ ਗਿਣਤੀ ਦੇ ਨਾਲ ਹੈਗਾ ਜੇ ਤੁਹਾਡਾ ਅਨੁਪਾਤ ਹੀ ਬਦਲ ਗਿਆ ਤਾਂ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਪੰਜਾਬੀ ਸੂਬਾ ਬਣਾਇਆ ਸੀ ਜੋ ਵਾਟਾ ਜੋ ਬਣਾਇਆ ਸੀ ਸੋ ਦਾ ਜੋ ਮਕਸਦ ਆ ਉਹ ਬਿਲਕੁਲ ਹੀ ਖਤਰੇ ਵਿੱਚ ਹੈਗਾ ਦੋ ਦੋ ਸਾਡੇ ਸਾਹਮਣੇ ਸਮੱਸਿਆਵਾਂ ਆ ਗਈਆਂ ਇੱਕ ਜਿਹੜੀ ਜੀਨੋਸਾਈਡ ਦੀ ਮੈਂ ਗੱਲ ਕੀਤੀ ਹੈ ਜੀਨੋਸਾਈਡ ਉਹ ਸਪਰੇਅ ਤਾਂ ਕੀਤਾ ਇਨਸੈਕਟ ਨੂੰ ਮਾਰਨ ਦੇ ਲਈ ਪਰ ਉਹ ਮਨੁੱਖ ਜਿਹੜਾ ਪੰਜਾਬ ਦੇ ਵਿੱਚ ਸਰਬੱਤ ਦਾ ਭਲਾ ਮੰਗਣ ਵਾਲਾ ਉਹਦੀ ਉਹਦੀ ਜੀਨੋਸਾਈਡ ਹੋ ਰਹੀ ਹੈ ਤੇ ਦੂਜਾ ਹੈ ਪ੍ਰਵਾਸ ਪੰਜਾਬ ਤੋਂ ਦੂਜੇ ਮੁਲਕਾਂ ਦੇ ਵਿੱਚ ਪ੍ਰਵਾਸ ਹੋ ਰਿਹਾ ਇਹਦੇ ਨਾਲ ਜਿਹੜੀ ਸਥਿਤੀ ਹੈ ਕਾਫੀ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਦੇ ਲਈ ਅ ਤਰਸਯੋਗ ਵੀ ਹੋ ਸਕਦੀ ਹੈ ਤੇ ਤਣਾਅਪੂਰਨਤਾ ਹੋਣੀ ਸ਼ੁਰੂ ਹੋ ਹੀ ਚੱਕੀ ਚੁਕੀ ਹੈ ਪਰ ਇਹਦੀ ਰੋਕਥਾਮ ਲਈ ਇਹਨੂੰ ਰੋਕਣ ਦੇ ਲਈ ਦੋਵਾਂ ਚੀਜ਼ਾਂ ਨੂੰ ਰੋਕਣ ਦੇ ਲਈ ਅ ਐਜ਼ ਅ ਸਿੱਖ ਇੰਟੈਲੈਕਚੁਅਲ ਤੁਸੀਂ ਕੀ ਸੋਚਦੇ ਹੋ ਕਿਉਂਕਿ ਸਾਨੂੰ ਬਹੁਤ ਸਾਰੇ ਲੋਕ ਇਸ ਵੇਲੇ ਦੁਨੀਆ ਭਰ ਦੇ ਵਿੱਚ ਦੇਖ ਰਹੇ ਨੇ ਮੈਨੂੰ ਲੱਗਦਾ ਕਿ ਇਹਦੇ ਤੇ ਬਹਿਸ ਕਰਨੀ ਚਾਹੀਦੀ ਹੈ ਇਸ ਮਸਲੇ ਤੇ ਜੀ ਬਿਲਕੁਲ ਜੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਇਸ ਤੇ ਇੰਟੈਲੈਕਚੁਅਲ ਜਿਹੜਾ ਤਬਕਾ ਹੈਗਾ ਉਹਨਾਂ ਨੂੰ ਅੱਗੇ ਆ ਕੇ ਸੈਮੀਨਾਰ ਕਰਨੇ ਚਾਹੀਦੇ ਨੇ ਪੰਜਾਬ ਦੇ ਵਿੱਚ ਵੀ ਪ੍ਰਵਾਸ ਵਿੱਚ ਵੀ ਪੀ ਲੋਕਾਂ ਦੇ ਵਿੱਚ ਅਵੇਰਨੈਸ ਵਧਾਈ ਜਾਵੇ ਇਸ ਨੂੰ ਰਾਜਸੀ ਜਾਂ ਧਾਰਮਿਕ ਤੋਂ ਉੱਤੇ ਉੱਠ ਕੇ ਜਿਵੇਂ ਤੁਸੀਂ ਸੱਚਿਆ ਵੀ ਜਿਹੜੇ ਸਿੱਖ ਤਾਂ ਸਾਰੇ ਸਰਬਤ ਦਾ ਭਲਾ ਮੰਗਣ ਵਾਲੀ ਕੌਮ ਹੈ ਹਮਮ ਤੇ ਉਹਨਾਂ ਦਾ ਇਕੱਲਾ ਪੰਜਾਬ ਨੂੰ ਨੁਕਸਾਨ ਨਹੀਂ ਹਿੰਦੁਸਤਾਨ ਨੂੰ ساری ਦੁਨੀਆ ਨੂੰ ਨੁਕਸਾਨ ਹੈ ਜੇ ਉਹ ਉਹ ਸੋਚ ਵਾਲੇ ਲੋਕਾਂ ਦੀ ਗਿਣਤੀ ਘਟਦੀ ਆ ਸੋ ਮੇਰੇ ਹਿਸਾਬ ਦੇ ਨਾਲ ਵੀ ਸਾਨੂੰ ਹਰ ਸ਼ਹਿਰ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨਾ ਚਾਹੀਦਾ ਤੇ ਇਸ ਤੇ ਡਿਬੇਟਸ ਐਂਡ ਸੈਮੀਨਾਰਸ ਹੋਣੇ ਚਾਹੀਦੇ ਆ ਜਿਹੜੀ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਆਵੇ ਉਹ ਡਿਮੈਂਡ ਕਰਨ ਪੋਲਿਟੀਸ਼ੀਨ ਤੇ ਗਵਰਨਮੈਂਟ ਤੋਂ ਵੀ ਇਸ ਤੇ ਲਈ ਕੋਈ ਰੋਕਥਾਮ ਕੀਤੀ ਜਾਵੇ ਇੱਕ ਇੱਕ ਸਵਾਲ ਬਹੁਤ ਵੱਡਾ ਖੇਤੀ ਹਰਿਆਣਾ ਚ ਵੀ ਹੁੰਦੀ ਹੈ ਉੱਤਰ ਪ੍ਰਦੇਸ਼ ਚ ਵੀ ਹੁੰਦੀ ਹੈ ਮੱਧ ਪ੍ਰਦੇਸ਼ ਚ ਵੀ ਹੁੰਦੀ ਹੈ ਹੋਰ ਸਾਰੇ ਸੂਬਿਆਂ ਚ ਹੁੰਦੀ ਹੈ ਪੰਜਾਬ ਚ ਵੀ ਹੁੰਦੀ ਹੈ ਬਾਕੀ ਸੂਬਿਆਂ ਦੇ ਕਿਸਾਨ ਵੀ ਅਨਪੜ੍ਹ ਨੇ ਪੰਜਾਬ ਦਾ ਕਿਸਾਨ ਤਾਂ ਜ਼ਿਆਦਾ ਪੜਿਆ ਹੋਇਆ ਉਹਨਾਂ ਕਿਸਾਨਾਂ ਤੋਂ ਪਰ ਫਿਰ ਵੀ ਇਹ ਜਿਹੜਾ ਪੈਸਟੀਸਾਈਜ਼ ਦਾ ਵਖਰੇਵਾ ਮਾਤਰਾ ਦਾ ਇਹ ਇਹ ਕਿਉਂ ਹੈ ਕਿਉਂ ਕਿਵੇਂ ਦੇਖਦੇ ਹੋ ਤੁਸੀਂ ਕਿ ਪੰਜਾਬ ਦਾ ਕਿਸਾਨ ਜਿਆਦਾ ਲਾਲਚੀ ਹੈ ਬਾਕੀ ਕਿਸਾਨਾਂ ਦੇ ਨਾਲ ਉਹ ਵੱਧੇ ਝਾੜ ਲੈਣ ਲਈ ਇਹ ਸਪਰੇਅ ਕਰਦਾ ਜਾਂ ਉਹਦੀ ਅਣਜਾਣਤਾ ਜਾਂ ਉਹਦੇ ਤੱਕ ਸਹੀ ਪਹੁੰਚ ਨਹੀਂ ਕੀਤੀ ਗਈ ਐਕਸਪਰਟਸ ਵੱਲੋਂ ਦੇਖੋ ਜੀ ਮੇਰੀ ਇਹ ਫੀਲਡ ਦੀ ਐਕਸਪਰਟੀਸ ਨਹੀਂ ਹੈਗੀ ਕਿਉਂਕਿ ਮੈਂ ਮੈਡੀਕਲ ਫੀਲਡ ਨਾਲ ਸੰਬੰਧ ਰੱਖਦਾ ਹਾਂ ਪਰ ਮੈਂ ਵੀ ਕਿ ਕਿਸਾਨ ਫੈਮਿਲੀ ਨਾਲ ਬਿਲੋਂਗ ਕਰਦਾ ਹਾਂ ਅਕਸਰ ਆਪਣੇ ਰਿਸ਼ਤੇਦਾਰਾਂ ਨਾਲ ਕਿਸ ਮਸਲੇ ਤੇ ਗੱਲ ਹੁੰਦੀ ਆ ਆਈ ਥਿੰਕ ਇਟਸ ਐਕਨੋਮਿਕਲ ਇਸ਼ੂ ਸਾਡੇ ਜਿਹੜੀਆਂ ਐਜੂਕੇਸ਼ਨਲ ਜਾਂ ਪ੍ਰੋਫੈਸ਼ਨਲ ਜਾਂ ਹੋਰ ਜੌਬ ਦੀਆਂ ਓਪਰਚ्युनिटीਜ਼ ਪੰਜਾਬ ਰੂਰਲ ਪੰਜਾਬ ਚ ਬਹੁਤ ਘੱਟ ਨੇ ਸੋ ਉਹਨਾਂ ਕੋਲੇ ਦੋ ਹੀ ਗੱਲਾਂ ਨੇ ਜਾਂ ਤਾਂ ਉਹ ਖੇਤੀਬਾੜੀ ਕਰਨ ਜਾਂ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਸੋ ਉਸ ਕਰਕੇ ਹੁਣ ਜਿਹੜੇ ਉੱਥੇ ਲੋਕ ਰਹਿ ਗਏ ਨੇ ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲਦੀ ਆ ਯੂਨੀਵਰਸਿਟੀਆਂ ਤੋਂ ਜਾਂ ਜਿਹੜੇ ਸੇਲਸਮੈਨਸ਼ਿਪ ਪੰਜਾਬ ਚ ਬਹੁਤ ਜ਼ਿਆਦਾ ਅਗਰੈਸਿਵ ਸੇਲ ਜਿਹੜੀ ਹੈਗੀ ਆ ਪੰਜਾਬ ਦੇ ਲੋਕ ਚਾਹੁੰਦੇ ਤਾਂ ਤਰੱਕੀ ਪਸੰਦ ਤੇ ਅਗਰੈਸਿਵ ਤਾਂ ਹੈਗੇ ਨੇ ਉਹ ਗਲਤ ਇਨਫੋਰਮੇਸ਼ਨ ਦੇ ਕੇ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਵੀ ਉਹ ਕੀ ਕਰ ਰਹੇ ਨੇ ਜਿੰਨੀ ਦੇ ਲੋਕਾਂ ਚ ਆਮ ਲੋਕਾਂ ਚ ਅਹਿਸਾਸ ਨਹੀਂ ਹੁੰਦਾ ਵੀ ਅਸੀਂ ਆਪਣਾ ਜੈਨੋਸਾਈਡ ਖੁਦ ਕਰ ਰਹੇ ਆ ਸੋ ਉਨੀ ਦੇਰ ਤੱਕ ਇਹ ਤਬਦੀਲੀ ਨਹੀਂ ਆ ਸਕਦੀ ਜੀ ਕਾਂਗਪਾ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ ਆਪਣਾ ਕੀਮਤੀ ਸਮਾਂ ਕੱਢਿਆ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਵੀ ਧੰਨਵਾਦ ਥੈਂਕ ਯੂ ਵੈਰੀ ਮਚ ਸੱਚੀ ਗੋ ਜੀ ਸੱਚੀ ਗੋ ਇਸਨ ਡਾਕਟਰ ਜਸਬੀਰ ਸਿੰਘ ਕਾਂਗ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਪੈਸਟੀਸਾਈਡਸ ਨੇ ਉਹ ਕਿਸ ਤਰੀਕੇ ਨਾਲ ਜਿੱਥੇ ਸਾਨੂੰ ਸੈਂਕੜੇ ਤਰ੍ਹਾਂ ਦੀਆਂ ਬਿਮਾਰੀਆਂ ਅਸੀਂ ਉਹ ਪੈਸਟੀਸਾਈਡ ਤੋਂ ਲੱਗ ਰਹੀਆਂ ਨੇ ਉੱਥੇ ਨਾਲ ਹੀ ਸਾਡੇ ਜਿਹੜੇ ਪੰਜਾਬ ਦਾ ਯੂਥ ਹੈ ਉਹਦੀ ਇਨਡਾਇਰੈਕਟਲੀ ਅ ਸਿੱਧੇ ਤਰੀਕੇ ਦੇ ਨਾਲ ਨਸਲ ਕੁਸ਼ੀ ਵੀ ਹੋ ਰਹੀ ਹੈ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਤੁਹਾਨੂੰ ਕੀ ਲੱਗਦਾ ਕੌਣ ਜ਼ਿੰਮੇਵਾਰ ਹੈ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਕੀ ਵਿਚਾਰ ਨੇ ਤੁਹਾਡੇ ਬੱਚਿਆਂ ਦੇ ਕੀ ਵਿਚਾਰ ਨੇ ਜਿਹੜੇ ਫਿਗਰਸ ਨੇ ਇਫੈਕਟ ਤੇ ਫਿਗਰਸ ਨੇ ਉਹ ਤੁਹਾਡੇ ਸਾਹਮਣੇ ਰੱਖੇ ਨੇ ਮੈਂ ਕਿਹੜੀਆਂ ਕਿਹੜੀਆਂ ਦਵਾਈਆਂ ਕਿਹੜੀਆਂ ਕਿਹੜੀਆਂ ਜ਼ਹਿਰਾਂ ਪੰਜਾਬ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਤੇ ਕਿਸ ਤਰੀਕੇ ਨਾਲ ਉਹਨਾਂ ਦੇ ਅਸਰ ਨੇ ਕਿਸ ਤਰੀਕੇ ਨਾਲ ਉਹ ਸਾਡੇ ਦਿਮਾਗ ਤੋਂ ਲੈ ਕੇ ਸਾਡੇ ਰੀਪ੍ਰੋਡਕਟਿਵ ਸਿਸਟਮ ਤੇ ਉੱਤੇ ਕਿਵੇਂ ਕਿਸ ਤਰੀਕੇ ਨਾਲ ਅਸਰ ਪਾਉਂਦੀਆਂ ਨੇ ਇਹ ਤੁਸੀਂ ਜਾਣ ਸਕਦੇ ਹੋ ਕਿਤੇ ਵੀ ਤੁਸੀਂ ਜਾਣਕਾਰੀ ਇਹਦੇ ਬਾਰੇ ਹਾਸਲ ਕਰ ਸਕਦੇ ਹੋ ਤੇ ਪਿਛਲੇ 35 ਸਾਲਾਂ ਦੇ ਵਿੱਚ ਨਤੀਜੇ ਇਹਦੇ ਸਾਹਮਣੇ ਆ ਗਏ ਨੇ 1960 ਤੋਂ ਛਿੜਕੀਆਂ ਜਾ ਰਹੀਆਂ ਨੇ ਲਗਾਤਾਰ ਹਰਾ ਇਨਕਲਾਬ ਕੀ ਪੰਜਾਬ ਦੇ ਵਿੱਚ ਹੀ ਹੋਣਾ ਸੀ ਇੱਕ ਛੋਟੇ ਜਿਹਾ ਬ੍ਰੇਕ ਲਈ ਰੁਕਦੇ ਹਾਂ ਸਾਡੀ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਸ ਪੰਜਾਬੀ ਦੇ ਵਿਸ਼ੇਸ਼ ਸ਼ੋਅ ਅੱਜ ਦਾ ਮੁੱਦਾ ਦੇ ਵਿੱਚ ਪੈਸਟੀਸਾਈਡਸ ਐਂਡ ਸਿੱਖ ਜੇਨੋਸਾਈਡ ਕੀੜੇ ਮਾਰ ਦਵਾਈਆਂ ਅਤੇ ਸਿੱਖ ਨਸਲਕੁਸ਼ੀ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਪਹਿਲਾਂ ਅਸੀਂ ਡਾਕਟਰ ਜਸਵੀਰ ਕਾਂਗਰਨ ਨਾਲ ਗੱਲਬਾਤ ਕੀਤੀ ਤੇ ਅਸੀਂ ਇਹ ਸਾਰਾ ਵਰਤਾਰਾ ਕਿਵੇਂ ਹੋ ਰਿਹਾ ਪੰਜਾਬ ਦੇ ਵਿੱਚ ਇਸ ਦਾ ਇੱਕ ਤਰ੍ਹਾਂ ਦਾ ਖੁਲਾਸਾ ਵੀ ਹੈ ਇਹ ਅੰਕੜੇ ਪੇਸ਼ ਕੀਤੇ ਨੇ ਤੁਹਾਨੂੰ ਸਾਰੇ ਤੇ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ ਆਪਣੇ ਆਪਣੇ ਘਰਾਂ ਦੇ ਵਿੱਚ ਟੀਵੀਜ਼ ਦੇ ਉੱਤੇ ਦੇਖ ਰਹੇ ਹੋ ਆਪਣੇ ਮੋਬਾਈਲ ਫੋਨਸ ਦੇ ਉੱਤੇ ਵੀ ਦੇਖ ਰਹੇ ਹੋ ਸਾਡੇ ਨਾਲ ਕੁਝ ਸਕਾਲਰ ਜੁੜੇ ਹੋਏ ਨੇ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿਚਾਰ ਕੀ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਸਾਰੇ ਵਿਸ਼ੇ ਦੇ ਉੱਤੇ ਸਭ ਤੋਂ ਪਹਿਲਾਂ ਹਾਂਜੀ ਔਨ 에ਰ ਹਾਂ ਜੀ ਤੁਸੀਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੁਰਿੰਦਰ ਸਿੰਘ ਜੀ ਮੈਂ ਮਨਿੰਦਰ ਸਿੰਘ ਮਿਡਲ ਟਾਊਨ ਅਪਸਟੇਟ ਨਿਊਯਾਰਕ ਤੋਂ ਬੋਲਦਾ ਮਨਿੰਦਰ ਸਿੰਘ ਜੀ ਸਵਾਗਤ ਹੈ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਮੁੱਦਾ ਤਾਂ ਤੁਹਾਡਾ ਬਹੁਤ ਗੰਭੀਰ ਮੁੱਦਾ ਤੁਸੀਂ ਲੈ ਕੇ ਆਏ ਹੋ ਮੈਂ ਤਾਂ ਸਿਰਫ ਇੱਕ ਮਜਬੂਰ ਤੇ ਗੱਲ ਕਰਾਂਗਾ ਕਿ ਜਿਹੜਾ ਬੇਬੀ ਟੂ ਜਿਹੜਾ ਕਿ ਪੰਜਾਬ ਵਿੱਚ ਤੁਸੀਂ ਦੱਸਿਆ ਕਿ 400 ਦੇ ਕਰੀਬ ਜਿਹੜੇ ਸੈਂਟਰ ਖੁੱਲ ਗਏ ਨੇ ਇਹ ਤੁਸੀਂ ਬਿਲਕੁਲ ਠੀਕ ਆ ਕਿ ਇਹਦੇ ਵਿੱਚੋਂ ਮੈਂ ਦੱਸਣਾ ਚਾਹਾਂਗਾ ਕਿ ਕਿ 90% ਜਿਹੜੇ 95% ਵੀ ਹੋ ਸਕਦੇ ਨੇ ਜਿਹੜੇ ਕਿ ਵਿੱਚ ਪ੍ਰਮੋਟਡ ਬਾਈ ਆਰਐਸਐਸ ਜੀ ਇਹ ਉਹਨਾਂ ਦੇ ਪ੍ਰਮੋਸ਼ਨ ਦੇ ਉੱਤੇ ਚੱਲ ਰਹੇ ਨੇ ਜਾਂ ਉਹਨਾਂ ਦੇ ਬੰਦਿਆਂ ਦੇ ਚੱਲ ਰਹੇ ਨੇ ਉਹਨਾਂ ਨੇ ਸਾਡਾ ਜਨਸਾਈਟ ਇਸ ਤਰੀਕੇ ਨਾਲ ਕਰਨਾ ਹੈ ਜੀ ਕਿ ਮੇਰੀ ਗੱਲ ਤੁਹਾਡੀ ਠੀਕ ਹੈ ਕਿ ਜਿਹੜਾ ਤੁਹਾਡਾ ਉੱਥੋਂ ਜਿਹੜੇ ਬੇਬੀ ਰਖਾਦੇ ਆ ਨੇ ਮੇਰੀਆਂ ਭੈਣਾਂ ਬੱਚੀਆਂ ਜੋ ਵੀ ਉਹ ਉਨਾ ਕੋਈ ਐਪ ਗਰੰਟੀ ਨਹੀਂ ਹੈਗੀ ਕਿ ਉਸ ਪਰਮ ਕੇ ਦਾ ਹੈਗਾ ਉਹਦਾ ਪਿਤਾ ਕੌਣ ਹੈ ਬੱਚੇ ਦਾ ਹਾਂ ਬਿਲਕੁਲ ਹਾਂਜੀ ਪਿਤਾ ਕੌਣ ਹੈ ਅਸੀਂ ਅਸੀਂ ਜਦੋਂ ਜਾ ਕੇ ਰੁਕਵਾਨੇ ਆ ਨਾ ਜਾ ਕੇ ਕਹਿੰਦੇ ਆ ਤੇ ਉਹ ਸੋਚਦੇ ਨੇ ਕਿ ਸਾਡਾ ਲਿਆ ਜੀ ਇਹਨਾਂ ਦੇ ਪਰਮ ਤਾਂ ਸਾਡਾ ਹੀ ਹੈ ਉਹ ਅੰਦਰ ਜਾ ਕੇ ਚੇਂਜ ਹੋ ਰਿਹਾ ਮੈਂ ਤੁਹਾਨੂੰ ਦੱਸਾਂ ਉਹ ਅੰਦਰ ਜਾ ਕੇ ਚੇਂਜ ਹੋ ਰਿਹਾ ਔਰ ਤੁਹਾਡੀ 100% ਗੱਲ ਠੀਕ ਹੈ ਕਿ ਇਹ ਬਈਆਂ ਦਾ ਸਾਡੀ ਨਸਲ ਕੁਝ ਅੱਜ ਤੋਂ 10 15 ਸਾਲ ਬਾਅਦ ਉਸ ਪੰਜਾਬ ਜਿਹੜੇ ਸਿੱਖਾਂ ਦੇ ਬੱਚੇ ਹੋਣ ਹੈ ਨਾ ਸਿੱਖਾਂ ਦੇ ਉਹਦੇ ਚ ਕੋਈ ਕਰਤੂਤ ਨਹੀਂ ਹੋਣਾ ਇਹ ਉਹਨਾਂ ਚ ਮੇਰੀ ਇਹ ਨਾ ਬੱਚੀਆਂ ਨੂੰ ਔਰ ਇਹਨਾਂ ਭਰਾਵਾਂ ਨੂੰ ਬੇਨਤੀ ਹੈ ਕਿ ਜੇ ਇਹਨਾਂ ਦੀਆਂ ਮਜਬੂਰੀਆਂ ਨੇ ਇਹਨਾਂ ਨੂੰ ਇਸ ਤਰ੍ਹਾਂ ਦਾ ਬੱਚਾ ਚਾਹੀਦਾ ਵੀ ਹੈਗਾ ਹੈ ਸੋ ਉਹ ਬੰਬੇ ਵੱਲ ਜਾ ਕੇ ਜਾਂ ਆਪਣੇ ਇਧਰ ਬੈਂਗਲੌਰ ਵੱਲ ਜਾ ਕੇ ਜਾਂ ਉੱਥੇ ਮਦਰਾਸ ਵਾਲੇ ਪਾਸੇ ਜਾ ਕੇ ਉੱਥੇ ਇਹ ਸਿਸਟਮ ਆਪਣਾ ਕਰਵਾ ਕੇ ਆਣ ਪਲੀਜ਼ ਪੰਜਾਬ ਵਿੱਚ ਕੋਈ ਗਰੰਟੀ ਨਹੀਂ ਹੈਗੀ ਪੰਜਾਬ ਦਾ ਬੇੜਾ ਗਰਗੇ ਸਰਕਾਰ ਕਰ ਰਹੀ ਹੈ ਬੀਜਪੀ ਔਰ ਆਰਐਸਐਸ ਦਾ ਕੰਮ ਹੈ ਔਰ ਇਹ ਮਤਲਬ ਇਹਨਾਂ ਨੂੰ ਸਮਝਣ ਦੀ ਲੋੜ ਹੈ ਮੈਂ ਇਸ ਤੋਂ ਜ਼ਿਆਦਾ ਗੱਲ ਨਹੀਂ ਕਰ ਸਕਦਾ ਮਤਲਬ ਕਿ ਸ਼ਰਮ ਵੀ ਆਂਦੀ ਹੈ ਜੇ ਗੱਲ ਕਰਨ ਲੱਗਿਆਂ ਹੈ ਕਿ ਨਹੀਂ ਕਿਉਂਕਿ ਬੱਚਿਆਂ ਦੀਆਂ ਬੱਚੀਆਂ ਦੀਆਂ ਆਪਣੀਆਂ ਮਜਬੂਰੀਆਂ ਨੇ ਇਹ ਉਹ ਬਿਸਾਰ ਆਪਣਾ ਲਾਜ ਕਰਾਏ ਬਿਨਾ ਉਹ ਆਪਣਾ ਲਾਜ ਨਹੀਂ ਕਰਾਂਦੇ ਥਰੂ ਮਤਲਬ ਐਕਚੁਅਲੀ ਮੈਡੀਕਲ ਤਰੀਕੇ ਨਾਲ ਆਪਣਾ ਆਪਣਾ ਲਾਜ ਨਹੀਂ ਕਰਵਾ ਰਹੇ ਹੋ ਇਹਨਾਂ ਸੈਂਟਰਾਂ ਵੱਲ ਬਦੋੜ ਰਹੇ ਨੇ ਉਹ ਇਹ ਬੜਾ ਸ਼ੀਤੀ ਹੁੰਦਾ ਹੈ ਬਹੁਤ ਤੁਹਾਡਾ ਧੰਨਵਾਦ ਜੀ ਬਿਲਕੁਲ ਤੁਹਾਡੀ رائے ਜਿਹੜੀ ਹੈਗੀ ਹੈ ਬਿਲਕੁਲ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਦਰਸ਼ਕ ਨੇ ਸੁਣ ਰਹੇ ਹੋਣਗੇ ਸਾਡੀ ਗੱਲ ਪੰਜਾਬ ਤੱਕ ਜਾਵੇ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਪੰਜਾਬੀ ਭਾਵੇਂ ਉਹ Hindu ਵੀ ਹੈ ਭਾਵੇਂ ਉਹ ਹਰ ਪੰਜਾਬੀ ਇਹ ਪ੍ਰੋਗਰਾਮ ਦੇਖੇ ਜ਼ਰੂਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਸਾਡੇ ਥੈਂਕ ਯੂ ਜੀ ਥੈਂਕ ਯੂ ਸਾਡੇ ਅਗਲੇ ਕਾਲਰ ਨੇ ਹੈਲੋ ਹਾਂਜੀ ਹੈਲੋ ਤੁਸੀਂ ਆਨ 에ਰ ਹੋ ਜੀ ਭਾਜੀ ਹੈਲੋ ਤੁਸੀਂ ਆਨ 에ਰ ਹੋ ਜੀ ਟੀਵੀ ਦੀ ਆਵਾਜ਼ ਬੰਦ ਕਰੋ ਤੁਸੀਂ ਆਪਣੇ ਤੁਸੀਂ ਆਨ 에ਰ ਹੋ ਜੀ ਹੈਲੋ ਹਾਂਜੀ ਹਾਂਜੀ ਸੁਣੋ ਹੈਲੋ ਹੈਲੋ ਜੀ ਤੁਸੀਂ ਨੇ ਟੀਵੀ ਦੀ ਆਵਾਜ਼ ਬੰਦ ਕਰਕੇ ਫੇਰ ਦੁਬਾਰਾ ਕਾਲ ਕਰੋ ਮੈਂ ਤੁਹਾਡੀ ਗੱਲ ਸੁਣਾਗਾ ਹਾਂਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਕੀ ਨਾਮ ਹੈ ਤੇ ਕਿੱਥੋਂ ਬੋਲ ਰਹੇ ਹੋ ਹਾਂਜੀ ਮੈਂ ਡਾਕਟਰ ਰਸਪਾਲ ਸਿੰਘ ਬਾਜਵਾਸ਼ਿਕਾ ਤੋਂ ਕਾਲ ਕਰ ਰਿਹਾ ਹਾਂਜੀ ਬਾਜਵਾਸ਼ਾ ਸਭ ਸਵਾਗਤ ਹੈ ਜੀ ਹਾਂ ਮੈਨੂੰ ਥੋੜਾ ਜਿਹਾ ਕਿਉਂ ਮੈਂ ਵੈਟਰਨਰੀ ਵਿਭਾਗ ਵਿੱਚ ਸੀਗਾ ਔਰ ਮੈਂ ਪੀਏਯੂ ਜੀ 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 ਬਾਸਟ ਰੇਟ ਤੇ ਦਿਨਾਂ ਚ ਮੈਂ ਉੱਥੇ ਐਮ ਐਸ ਸੀ ਪੀ ਐਚ ਡੀ ਕਰਦਾ ਸੀ ਜੀ ਇਹ ਗੱਲ ਠੀਕ ਹੈ ਕਿ ਜਦੋਂ 60ਵੇਂ ਦਹਾਕੇ 'ਚ ਗ੍ਰੀਨ ਰੈਵਿਊਲੂਸ਼ਨ ਆਈ ਹਾਂਜੀ ਉਦੋਂ ਕੁਝ ਪ੍ਰੋਗਰਾਮ ਸੀਗੇ ਜੀ ਪੀਐਲ 480 ਜੀ ਤੇ ਆਪਣੀ ਫੂਡ ਫਾਊਂਡੇਸ਼ਨ ਇਹਦੇ ਨਾਲ ਜਿਹੜੀ ਇੰਡੀਆ ਨੂੰ ਫੂਡ ਵਿੱਚ ਸਫੀਸ਼ੀਐਂਟ ਕਰਨ ਦਾ ਪ੍ਰੋਗਰਾਮ ਸੀ ਵੈਰੀ ਜੀ ਵੈਰੀ ਗੁੱਡ ਹਾਂਜੀ ਔਰ ਪੰਜਾਬ ਦੀ ਜਿਹੜੀ ਜ਼ਮੀਨ ਹੈ ਦੂਜੀਆਂ ਸਟੇਟਾਂ ਨਾਲੋਂ ਸਾਡੀ ਫਰਟਾਈਲ ਜ਼ਮੀਨ ਹੈ ਜਿਆਦਾ ਫਰਟਾਈਲ ਪਰਸੈਂਟੇਜ ਵਾਈਜ਼ ਸਾਡੀ ਇਰੀਗੇਸ਼ਨ ਦੇ ਥੱਲੇ ਜਾਂ ਜਿਹੜੀ ਐਗਰੀਕਲਚਰ ਥੱਲੇ ਬਹੁਤ ਜ਼ਿਆਦਾ ਹੈ ਜੀ ਇਸ ਕਰਕੇ ਪੈਸਟੀਸਾਈਡ ਇਨਸੈਕਟੀਸਾਈਡ ਖਾਦਾਂ ਬਹੁਤ ਯੂਜ਼ ਹੋਈਆਂ ਜੀ ਔਰ ਇਹਦੇ ਨਾਲ ਯੂਜ਼ ਦੇ ਨਾਲ ਪ੍ਰੋਡਕਸ਼ਨ ਤਾਂ ਬੜੀ ਮੁਰਕੇ ਫੇਰੇ ਮੈਸ ਯੂਜ਼ ਹੋਣ ਲੱਗ ਗਈਆਂ ਜੀ ਬਿਲਕੁਲ ਔਰ ਇਹ ਆ ਕਿ ਟਾਈਮ ਦੇ ਨਾਲ ਅਸੀਂ ਬਦਲੇ ਨੇ ਜਿਹੜੀਆਂ ਸੇਫ ਸੀਗੀਆਂ ਜਾਂ ਜਿਨ੍ਹਾਂ ਦੇ ਨੁਕਸਾਨ ਘੱਟ ਹੈ ਅਸੀਂ ਉਹ ਅਡਾਪਟ ਨਹੀਂ ਕੀਤੀਆਂ ਹਮਮ ਔਰ ਇਹਦੀ ਪ੍ਰੋਬਲਮ ਹੈ ਕਿ ਜਿਹੜੇ ਪਾਲਿਸੀ ਮੇਕ ਕਰੈ ਨਾ ਜਿਹੜੇ ਆਪਣੇ ਸਾਇੰਟਿਸਟ ਹੈ ਹਾਂਜੀ ਇਹ ਰਿਸਰਚ ਸਾਰੀ ਕਰ ਦਿੰਦੇ ਆ ਪਰ ਜਦੋਂ ਇਹਨਾਂ ਨੇ ਪਾਲਿਸੀ ਬਣਾਉਣੀ ਹੈ ਨਾ ਇਹਨਾਂ ਦੀ ਗੱਲ ਸੁਣੀ ਜਾਂਦੀ ਹੈ ਔਰ ਨਾ ਇਹ ਬੜਾ ਜ਼ੋਰ ਪਾ ਕੇ ਕਹਿੰਦੇ ਵੀ ਨਹੀਂ ਕਿਉਂਕਿ ਮੈਂ ਇਹਨਾਂ ਦੇ ਵਿੱਚ ਨਹੀਂ ਲੰਗਿਆ ਹੂੰ ਹੂੰ ਚਲੋ ਮੁੜ ਕੇ ਉਦੋਂ ਮਤ ਦੋ ਚੀਜ਼ਾਂ ਇਹਦੇ ਵਿੱਚ ਹੋਰ ਵੀ ਹੈ ਜਿਹੜੇ ਹੁਣ ਲੇਟਲੀ ਫਰਟੀਲਿਟੀ ਤੇ ਅਸਰ ਪੈ ਰਿਹਾ ਹੈ ਆਪਣੀ ਜਿਹੜੀ ਉਤੋਂ ਦਾ ਸਪਰਮ ਕਾਊਂਟ ਹੋ ਜੇ ਇਹ ਦੋ ਚੀਜ਼ਾਂ ਹੋ ਰੈਡ ਹੋਈ ਇਹਕ ਹਿੰਦੁਸਤਾਨ ਜਾਂ ਪੰਜਾਬ ਜਾਂ ਸਾਰਾ ਇੰਡੀਆ ਕਿਹੋ ਜਿਹਾ ਕੰਟਰੀ ਹੈ ਜਿਹਦੇ ਵਿੱਚ ਫੂਡ ਅਡਾਪਟੇਸ਼ਨ ਬਹੁਤ ਜ਼ਿਆਦਾ ਹੈ ਹਮ 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 ਫੂਡ ਦੇ ਵਿੱਚ ਦੁੱਧ ਦੇ ਵਿੱਚ ਪਾਣੀ ਦੇ ਵਿੱਚ ਖੁਰਾਕ ਦੇ ਵਿੱਚ ਕੀ ਕੀ ਪਾ ਕੇ ਵੇਚ ਦਿੰਦੇ ਆ ਕੋਈ ਚੱਕ ਨਹੀਂ ਆ ਜੀ ਜੀ ਔਰ ਪਿਛਲੇ 10 15 ਸਾਲਾਂ ਤੋਂ ਜਿਹੜਾ ਡਰੱਗ ਹੈ ਸਿੰਥੈਟਿਕ ਡਰੱਗ ਕਾੰਦੇ ਆ ਉਹਦਾ ਵੀ ਅਸਰ ਹੈ ਜੀ ਹਾਂ ਜੀ ਜੀ ਹੁਣ ਅਗਲਾ ਸਵਾਲ ਤੁਸੀਂ ਇਹ ਕਿਹਾ ਸੀ ਵੀ ਇਹਦਾ ਕੀ ਬਦਲਾਅ ਹੋ ਸਕਦਾ ਜੀ ਔਰ ਬਦਲਾਅ ਮੈਂ ਦੱਸਦਾ ਕਿ ਜਿਹੜੀ ਹੁਣ ਸਾਡੀ ਪੰਜਾਬ ਦੀ ਸਟੇਟ ਹੈ ਨਾ ਜੀ ਹਾਂ ਜੀ ਉੱਥੇ ਐਗਰੀਕਲਚਰ ਨੂੰ ਛੱਡ ਕੇ ਸਾਨੂੰ ਡਰਾਈ ਫਾਰਮਿੰਗ ਅਡਾਪਟ ਕਰਨੀ ਚਾਹੀਦੀ ਜੀ ਹੁਣ ਤੁਸੀਂ ਪੁੱਛੋਗੇ ਵੀ ਡਰਾਈ ਫਾਰਮਿੰਗ ਕੀ ਹੈ ਡਰਾਈ ਫਾਰਮਿੰਗ ਦੇ ਵਿੱਚ ਸਾਨੂੰ ਉੱਥੇ ਮੀਟ ਇੰਡਸਟਰੀ ਔਰ ਜਿਹੜੀ ਮਿਲਕ ਇੰਡਸਟਰੀ ਹੈ ਇਹਨੂੰ ਅੱਗੇ ਲਿਆਉਣਾ ਚਾਹੀਦਾ ਤਾਂ ਸਾਡਾ ਉੱਥੇ ਬਚਾਅ ਹੋ ਸਕਦਾ ਔਰ ਇਹਦੇ ਨਾਲ ਇਹਦੀ ਇਨਕਮ ਵੀ ਜ਼ਿਆਦਾ ਹੈ ਜੀ ਜ਼ਿੰਮੇਦਾਰ ਜੀ ਜੀ ਤੋਂ ਮੈਂ ਇੰਨਾ ਹੀ ਕਹਿੰਦਾ ਬਾਕੀ ਤੁਹਾਡੀ ਸਾਰੀ ਡਿਬੇਟ ਤੋਂ ਮੈਂ ਬੜਾ ਇੰਪ੍ਰੈਸ ਆ ਤੁਹਾਡੇ ਡੇਟੇ ਬਹੁਤ ਵਧੀਆ ਸੀ ਔਰ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਜੀ ਬਾਜਵਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਜੁੜੇ ਸਾਡੇ ਨਾਲ ਤੇ ਸਾਡੇ ਨਾਲ ਗੱਲਬਾਤ ਕੀਤੀ ਇੱਕ ਹੋਰ ਜਿਹੜੀ ਜ਼ਹਿਰ ਦਾ ਮੈਂ ਜ਼ਿਕਰ ਕੀਤਾ ਸੀ ਨਾ ਅਖੀਰ ਦੇ ਵਿੱਚ ਪੈਰੇਥਰਾਇਡ ਜਦੋਂ ਤੁਸੀਂ ਗੂਗਲ ਕਰੋਗੇ ਉਹਦੇ ਜਿਹੜੇ ਅਸਰ ਨੇ ਉਹ ਵੀ ਛਿੜਕੀ ਜਾ ਰਹੀ ਹੈ ਉਹਦਾ ਅਸਰ ਸਭ ਤੋਂ ਪਹਿਲਾਂ ਬੁੱਧੀ ਤੇ ਪੈਂਦਾ ਬੁੱਧੀ ਮੰਦ ਬੁੱਧੀ ਹੋ ਜਾਂਦਾ ਬੰਦਾ ਤੀਜੀ ਚੌਥੀ ਪੀੜ੍ਹੀ ਦੇ ਵਿੱਚ ਜਦੋਂ ਵਿਗਿਆਨੀਆਂ ਨੇ ਉਹ ਮੱਛੀ ਜਿਹੜੀ ਸੁਨਹਿਰੀ ਮੱਛੀ ਨਾ ਸਮੁੰਦਰ ਦੇ ਵਿੱਚ ਖੁੱਲੇ ਪਾਣੀਆਂ ਦੇ ਵਿੱਚ ਫਿਰਦੀ ਸੀ ਉਹਨੂੰ ਜਦੋਂ ਜਾਰ ਦੇ ਵਿੱਚ ਸ਼ੀਸ਼ੇ ਦੇ ਜਾਰ ਦੇ ਵਿੱਚ ਬੰਦ ਕੀਤਾ ਤਾਂ ਉਸ ਦਵਾਈ ਦੇ ਉਹਦੇ ਤੇ ਟੈਸਟ ਕੀਤੇ ਤੇ ਹੌਲੀ-ਹੌਲੀ ਕਈ ਪੀੜ੍ਹੀਆਂ ਜਾ ਕੇ ਉਹ ਮੱਛੀ ਨੂੰ ਉਹ ਜਾਰ ਦੇ ਵਿੱਚ ਪਹਿਲਾਂ ਉਹ ਬੰਦ ਕਰਦੇ ਸੀ ਉਹਦੇ ਚ ਘੰਟੇ ਬਾਅਦ ਜਾਂ 2 ਘੰਟੇ ਬਾਅਦ ਮਰ ਜਾਂਦੀ ਸੀ ਉਹ ਫਿਰ ਹੌਲੀ ਹੌਲੀ ਹੁਣ ਉਹ ਮੱਛੀ ਉਹ ਉਹਨਾਂ ਨੇ ਜਾਰ ਦੇ ਵਿੱਚ ਸ਼ੀਸ਼ੇ ਦੇ ਵਿੱਚ ਬੰਦ ਕਰ ਲਈ ਹੁਣ ਉਹ ਮੱਛੀ ਨੂੰ ਲੱਗਦਾ ਉਹਦੀ ਮੈਮਰੀ ਹੈ ਜਿਹੜੀ 2 ਸੈਕਿੰਡ ਦੀ ਰਹਿ ਗਈ 2 ਸੈਕਿੰਡ ਦੇ ਵਿੱਚ ਜਿੱਥੇ ਉਹ ਛੋਟੇ ਜਿਹੇ ਜਾਰ ਦੇ ਵਿੱਚ ਜਾਂਦੀ ਹੈ ਤਾਂ ਉਹਨੂੰ ਲੱਗਦਾ ਕਿ ਮੈਂ ਨਵੀਂ ਥਾਂ ਤੇ ਗਈ ਹਾਂ ਤੇ ਕਿਤੇ ਅਸੀਂ ਪੰਜਾਬੀ ਇਹਨਾਂ ਜ਼ਹਿਰਾਂ ਦੇ ਕਾਰਨ ਉਹ ਜਾਰ ਦੀ ਮੱਛੀ ਤਾਂ ਨਹੀਂ ਬਣ ਗੇ ਸੋਚਣਾ ਬੰਦ ਐ ਇੱਕ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਹਾਣਾਂ ਲਵਾਂਗੇ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਦਾ ਮੁੱਦਾ ਪੈਸਟੀਸਾਈਡਸ ਐਂਡ ਸਿੱਖ ਜੈਨੋਸਾਈਡ ਕੀੜੇ ਮਾਰ ਦਵਾਈਆਂ ਤੇ ਸਿੱਖ ਨਸਲ ਕੁਸ਼ੀ ਦੇ ਮੁੱਦੇ ਦੇ ਉੱਤੇ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਮੁੱਦਾ ਪੰਜਾਬ ਦੀ ਮਿੱਟੀ ਦਾ ਮੁੱਦਾ ਪੰਜਾਬ ਦਾ ਮੁੱਦਾ ਸਾਡਾ ਮੁੱਦਾ ਤੇ ਇਹਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਆ ਦੇਖਦੇ ਹਾਂ ਸਾਡੇ ਅਗਲੇ ਜਿਹੜੇ ਕਾਲਰ ਨੇ ਉਹ ਕੀ ਕਹਿੰਦੇ ਨੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਤੁਸੀਂ ਔਨ 에ਅਰ ਹੋ ਨਮਸਤੇ ਜੀ ਨਮਸਤੇ ਜੀ ਜੀ ਨਾ ਜਿਹੜੇ ਆਪਣੇ ਡਾਉਨ ਹੋ ਰਹੀ ਹੈ ਪਬਲੀਕੇਸ਼ਨ ਬਾਬਾ ਗਰਾਹ ਜੀ ਪਰ ਦੇ ਅਨਦਰ ਰੀਜਨ ਤੁਹਾਡਾ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਬੋਲ ਰਹੇ ਹੋ ਜੀ ਹੈਲੋ ਕੱਟ ਗਿਆ ਜੀ ਸਾਡੇ ਅਗਲੇ ਕਾਲਰ ਨੇ ਜੀ ਹਾਂਜੀ ਸਵਾਗਤ ਹੈ ਜੀ ਤੁਹਾਡਾ ਹਾਂ ਜਸਕਰ ਵੀ ਜੀ ਸਸੀ ਗਾਲ ਜੀ ਕੀ ਨਾਮ ਹੈ ਤੇ ਕਿੱਥੋਂ ਬੋਲ ਰਹੇ ਹੋ ਜੀ ਹਾਂਜੀ ਮੈਂ ਗੁਲੇਂਦਰ ਗਿੱਲ ਸੈਕਰਾਮੰਡ ਤੋਂ ਬੋਲ ਰਿਹਾ ਹਾਂ ਗੁਲੇਂਦਰ ਜੀ ਸਵਾਗਤ ਹੈ ਕੀ ਕਹੋਗੇ ਵੀਰ ਜੀ ਬੀਜੀ ਵੈਸੇ ਨਾ ਮੈਂ ਮੈਂ ਆਪਣੇ ਪੁਰਾਣੇ ਐਕਸਪੀਰੀਅੰਸ ਦੀ ਗੱਲ ਕਰਨੀ ਚਾਹੁੰਨਾ ਜਦੋਂ ਨਾ ਇਹ ਲੇਟ 70s ਦੀ ਗੱਲ ਹੈਗੀ ਹੈ ਜਦੋਂ ਅਸੀਂ ਮਾਲਵੇ ਦੇ ਰਹਿਣ ਵਾਲੇ ਹਾਂ ਅਸੀਂ ਕਪਾਹ ਵਗੈਰਾ ਜਾਦੇ ਬੀਜਦੇ ਹੁੰਦੇ ਸੀਗੇ ਹਾਂਜੀ ਸਾਡੇ ਦਾਦਾ ਜੀ ਜਦੋਂ ਅਸੀਂ ਕਪਾਹ ਤੇ ਸਪਰੇਅ ਕਰਨੀ ਸ਼ੁਰੂ ਕੀਤੀ ਤਾਂ ਸਾਡੇ ਦਾਦਾ ਜੀ ਨੇ ਖੇਤ ਵਿੱਚ ਜਾਣਾ ਬੰਦ ਕਰ ਦਿੱਤਾ ਵੀ ਜ਼ਮੀਨ ਦੇ ਉਸ ਵਿੱਚ ਜ਼ਹਿਰ ਪਾ ਰਹੇ ਹਾਂ ਜੀ ਤੇ ਜਾਣੀ ਉਹਨਾਂ ਸਾਡੇ ਇਹ ਪੁਰਾਣੇ ਬਜ਼ੁਰਗ ਸੀ ਉਹਨਾਂ ਦੀ ਸਾਡੇ ਨਾਲੋਂ ਦੂਰੰਦੇਸ਼ੀ ਜ਼ਿਆਦਾ ਸੀਗੀ ਸਾਡੇ ਨਾਲੋਂ ਇਸ ਟਾਈਮ ਦੇ ਲੋਕਾਂ ਨਾਲ ਬਾਕੀ ਜਿਹੜਾ ਗੱਲ ਆ ਵੀ ਸਾਡੀ ਇਹ ਗੱਲ ਸਾਰੀਆਂ ਚੀਜ਼ਾਂ ਦਾ ਨਿਚੋੜ ਹੀ ਨਿਕਲਦਾ ਜਦੋਂ ਸਾਨੂੰ ਧਾਰਮਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਜਾਂ ਪੋਲੀਟੀਕਲ ਤੌਰ ਤੇ ਸੀ ਲੀਡਰਲੈਸ ਕੌਮ ਬਣ ਗਈ ਹੈ ਆਹ ਤੇ ਫਿਰ ਇਹਦਾ ਇਹਦਾ ਰਿਜ਼ਲਟ ਤਾਂ ਫਿਰ ਜਿਹੜਾ ਤੁਹਾਡੇ ਸਾਹਮਣੇ ਹੀ ਹੋਣਾ ਸੀਗਾ ਕਿਉਂਕਿ ਸਾਡੇ ਨੂੰ ਕੋਈ ਵੀ ਸੇਧ ਦੇਣ ਵਾਲਾ ਬੰਦਾ ਕੋਈ ਨਹੀਂ ਹੈਗਾ ਇਸ ਤਰ੍ਹਾਂ ਜਿਹੜਾ ਸਾਨੂੰ ਕਿਸੇ ਵੀ ਪਾਸੇ ਚਾਹੇ ਧਾਰਮਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਜਾਂ ਸਾਨੂੰ ਪੋਲੀਟੀਕਲ ਤੌਰ ਤੇ ਕਿਸੇ ਪਾਸੇ ਲਿਜਾ ਸਕੇ ਬੜੀ ਪਤੇ ਦੀ ਗੱਲ ਕੀਤੀ ਹੈ ਤੁਸੀਂ ਦੁੱਖ ਦੀ ਰਗ ਦੇ ਉੱਤੇ ਫਿਰ ਉਂਗਲ ਰੱਖੀ ਹੈ ਤੁਸੀਂ ਹਾਂ ਬਿਲਕੁਲ ਸਹੀ ਗੱਲ ਹੈ ਸਦਾ ਹੀ ਕਹਿਣਾ ਮੈਂ ਚਾਹੁੰਦਾ ਵੀਰ ਜੀ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਗੱਲਬਾਤ ਕੀਤੀ ਅਗਲੇ ਸਾਡੇ ਕੋਲਰ ਨੇ ਜਿਹੜੇ ਉਹ ਦੇਖਦੇ ਆ ਕਿ ਕੀ ਵਿਚਾਰ ਪੇਸ਼ ਕਰਦੇ ਨੇ ਹਾਂਜੀ ਸਵਾਗਤ ਹੈ ਜੀ ਤੁਹਾਡਾ ਔਨ 에ਅਰ ਨੂੰ ਤੁਸੀਂ ਬੰਦ ਕਰਿਓ ਹਾਂਜੀ ਬੰਦ ਹੈਲੋ ਹਾਂਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਮ ਹੈ ਤੇ ਕਿੱਥੋਂ ਬੋਲ ਰਹੇ ਹੋ ਮੈਂ ਜਸਵੀਰ ਬੋਲਦਾ ਜੀ ਕੈਲਗਰੀ ਤੋਂ ਸਵਾਗਤ ਹੈ ਜੀ ਉਹ ਮੈਂ ਤਾਂ ਤੁਹਾਡੇ ਜਿਹੜੇ ਥੋੜੇ ਜਿਹਾ ਜਵਾਬ ਬੈਕਗ੍ਰਾਉਂਡ ਜੇ ਟਾਈਮ ਦੇ ਦਿਓ ਕਿ ਤੁਸੀਂ ਸਾਇੰਸ ਦੇ ਵਿੱਚ ਕੀ ਦੇਣੀ ਹੈ ਅਮ ਟਾਈਮ ਥੋੜਾ ਪਰ ਤੁਸੀਂ ਗੱਲ ਸ਼ੁਰੂ ਕਰ ਦੋ ਜੀ ਆਪਣੇ ਪਹਿਲੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਥਾ ਥਾ ਤੇ ਉਹ ਸੈਂਟਰ ਖੁੱਲ ਗਿਆ ਜੀ ਇਹ ਤਾਂ ਮੈਂ ਹੀ ਸੈਂਟਰ ਐਨੀਮਲਾਂ ਦੀ ਸ਼ੁਰੂ ਕਰਾਇਆ ਸੀ 1988 ਚ ਜੀ ਉਦੋਂ ਮੇਰੇ ਕੋਲੇ ਹਿਊਮਨ ਡਾਕਟਰ ਕਲੀਨਿਕ ਆਈ ਵੀ ਸੀ ਜੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਨਾ ਕੰਮ ਕਰੋ ਕਿਉਂਕਿ ਬੰਦਿਆਂ ਦੀ ਤਾਂ ਲੋੜ ਹੈ ਹੀ ਦੀ ਪਾਪੂਲੇਸ਼ਨ ਦਾ ਐਕਸਪਲੋਏਟ ਹੋ ਰਹੀ ਆ ਹਮ ਹਮ ਉਦੋਂ ਟੈਕਨੀਕ ਇੰਨੀ ਅੱਦਵਾਦ ਨਹੀਂ ਸੀ ਹੋਈ ਐਮਬ੍ਰਿਓ ਜਿਹੜਾ ਸਾਡੇ ਤੋਂ 3 ਜਾਂ 4 ਦਿਨਾਂ ਦੇ ਬਾਅਦ ਗਰੋਹ ਹੀ ਨਹੀਂ ਸਿੰਦਾ ਜੀ ਜੀ ਉਦੋਂ 10 15 ਸਾਲਾਂ ਦੇ ਵਿੱਚ ਤਾਂ ਇਹਦੇ 'ਚ ਇੰਨੀ ਟ੍ਰੈਂਡਸ ਰਿਸਰਚ ਹੋਈਆ ਕਿ ਸਟੈਮ ਸੈੱਲ ਤੱਕ ਗੱਲ ਪਹੁੰਚ ਗਈ ਪਹੁੰਚ ਗਈ ਕਲੋਨ ਤਿਆਰ ਕਰਨ ਤੱਕ ਗੱਲ ਪਹੁੰਚ ਗਏ ਹਾਂ ਕਲੋਨ ਉਦੋਂ ਵੀ ਟ੍ਰਾਈਡ ਫਾਰ ਕਲੋਨ ਐਸ ਵੈਲ ਕਲੋਨ ਦਾ ਉਹ ਫਿਰ ਵੀ ਉੱਥੇ ਹਿਊਮਨ ਦੇ ਰੌਲਾ ਪੈ ਗਿਆ ਜੀ ਹੁਣ ਟੈਕਨੀਕ ਹੀ ਇੰਨੀ ਹੋ ਗਈ ਹੈ ਕਿ ਉਹ ਆਮ ਪ੍ਰੈਕਟਿਸ਼ਨਰੀ ਉਹਨੂੰ ਕੰਮ ਕਰ ਲੈਂਦਾ ਜਿਹੜਾ ਕਿ ਇੱਕ ਬਹੁਤ ਸਪੈਸਟੀਫਾਈਕਟਿਡ ਪਹਿਲਾਂ ਕਰਨਾ ਪੈਂਦਾ ਸੀ ਸਾਨੂੰ ਉਹ ਆਮ ਹੀ ਕਰ ਲੈਂਦਾ ਤੁਸੀਂ ਡਾਕਟਰ ਹੋ ਡਾਕਟਰ ਜਸਪੀਰ ਹੋ ਮੈਂ ਜਿਹੜੇ ਡਾਕਟਰ ਕੰਗ ਜਿਹੜੇ ਪਹਿਲਾਂ ਬੋਲ ਚੁੱਕਿਆ ਉਹਨਾਂ ਦੇ ਫਾਦਰ ਦਾ ਹੀ ਚੇਲਾ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਅਸੀਂ ਬਹੁਤ ਲੰਬਾ ਸਮਾਂ ਇਸੇ ਦੀ ਕੰਮ ਕੀਤਾ ਜੀ 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 ਅਸੀਂ ਫਰੋਜਨ ਸੀਮੈਂਟ ਟੈਕਨੋਲੋਜੀ ਤੇ ਕੀਤਾ ਏਆਈ ਦੇ ਕੀਤਾ ਹੁਣ ਜੋ ਜੋ ਐਵਰੀ ਐਵਰੀ ਈਅਰ ਐਵਰੀ 2 ਈਅਰ ਟੈਕਨੋਲੋਜੀ ਬਹੁਤ ਜ਼ਿਆਦਾ ਚੇਂਜ ਹੋ ਰਹੀ ਆ ਜੀ ਉਦੇ ਕਾਰਨ ਕਰਕੇ ਜਿਹੜੇ ਜ਼ਿਆਦੇ ਸੈਂਟਰ ਖੁੱਲ ਰਹੇ ਆ ਜੀ ਜੀ ਉਹਦੇ ਚ ਰੇਟ ਬਹੁਤ ਘਟ ਗਿਆ ਕਿਉਂਕਿ ਉਹ ਜਦੋਂ ਸਾਡੇ ਵੇਲੇ ਜਿਹੜੇ ਕੈਮੀਕਲ ਮਿਲਦੇ ਸੀ ਉਹ ਬੜੇ ਐਕਸਪੈਂਸਿਵ ਸੀ ਹਾਂਜੀ ਇੱਕ ਤੁਹਾਡਾ ਨੁਕਤਾ ਇਹ ਹੁੰਦਾ ਹੈ ਇਹ ਕਹਿੰਦੇ ਹੁਣ ਆਮ ਮਿਲ ਜਾਂਦੇ ਆ ਸਾਨੂੰ ਇੰਡੀਆ ਚੋਂ ਮਿਲਦੀ ਦੀ ਸੀ ਜੀ ਜੀ ਇੱਕ ਨੁਕਤਾ ਤੁਹਾਡਾ ਇਹ ਹੋ ਗਿਆ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਅਗਲ ਅਗਲੀ ਅਗਲਾ ਨੁਕਤਾ ਕੀ ਹੈ ਤੁਹਾਡਾ ਨੈਕਸਟ ਪੁਆਇੰਟ ਅਗਲਾ ਜਿਹੜਾ ਤੁਹਾਨੂੰ ਮੈਨੂੰ ਥੋੜਾ ਜਿਹਾ ਹੋਰ ਦੇ ਦਿਓ ਟਾਈਮ ਜਿਹੜਾ ਤੁਸੀਂ ਕਹੇ ਵੀ ਟਾਕ ਮੈਂ ਫਰਟੀਲਾਈਜ਼ਰ ਤੇ ਗੱਲ ਕਰਨੀ ਚਾਹੁੰਦਾ ਹਾਂ ਤੁਸੀਂ ਬੋਲਦੇ ਰਹੋ ਹਾਂਜੀ ਹਾਂਜੀ ਫਾਰਮਾਕੀਨ ਦੀ ਗੱਲ ਇਹ ਹੈ ਜੀ ਕਿ ਕੋਈ ਵੀ ਜਦੋਂ ਜ਼ਹਿਰ ਬਾਹਰ ਆਉਂਦੀ ਹੈ ਕਿਸੇ ਬਾਡੀ ਚ ਹਮ ਹਿਊਮਨ ਬਾਡੀ ਚ ਤੇ ਜਿਹੜਾ ਲਿਵਰ ਤੇ ਆਪਣੇ ਹੈਗੀ ਕਿਡਨੀ ਹਮ ਉਹ ਸਾਈਟੋक्रोਮ ਕਿਸੇ ਸਾਇੰਸ ਦਾ ਇਹਨੂੰ ਪੁੱਛ ਲਿਓ ਸਾਈਟੋक्रोਮ 450 ਅਨਜਾਇ ਹੀ ਪੈਦਾ ਕਰਦੀ ਆ ਜੀ ਉਹ ਜ਼ਹਿਰ ਨੂੰ ਕੋਸ਼ਿਸ਼ ਕਰਦੀ ਹੈ ਡੀਟੌਕਸੀਫਾਈ ਕਰਨ ਦਾ ਹਮ ਹਮ ਜਿਵੇਂ ਕਿ ਐਨਸੀਜੀ ਦੇ ਵਿੱਚ ਅਸੀਂ ਥਾਇਓਪੈਂਥਲ ਸੋਡੀਅਮ ਦਿੰਦੇ ਸੀ ਪਹਿਲਾਂ ਦੇ ਦਿੰਦੇ ਸੀ ਉਹਦੇ ਚ ਸਾਈਟੋक्रोਮ 450 ਬਣ ਜਾਂਦਾ ਤੇ ਜਦੋਂ ਦੂਜਾ ਦਿਨ ਤੇ ਸੀ ਤਾਂ ਡੋਜ਼ ਵੱਧ ਦੇਣੀ ਪੈਂਦੀ ਸੀ ਜੀ ਇਸ ਕਰਕੇ ਇਨਸੈਕਟੀਸਾਈਡਾ ਅਸਰ ਜ਼ਿਆਦਾ ਤਾਂ ਹੋ ਰਿਹਾ ਪਰ ਐਡ ਦੀ ਸੇਮਟਾਈ ਆਪਾਂ ਉਹਦੇ ਤੇ ਰੈジਸਟੈਂਸ ਵੀ ਡਿਵੈਲਪ ਕਰ ਰਹੇ ਹਾਂ ਇਕੱਲੇ ਆਪਾਂ ਨਹੀਂ ਕਰ ਰਹੇ ਜੀ ਉਸ ਐਨਜ਼ਾਈਮ ਜਿਹੜੇ ਉਹ ਨਕੀੜੇ ਵੀ ਪੈਦਾ ਕਰੀ ਜਾਂਦੇ ਆ ਉਹਨਾਂ ਦਾ ਵੀ ਵੱਧ ਰਿਹਾ ਹਾਂਜੀ ਆ ਉਹ ਕੀੜਿਆਂ ਤੇ ਉਹ ਜਿਹੜੀ ਇਨਸੈਕਟੀਸਾਈਡਾ ਉਹ ਕੀੜਿਆਂ ਤੇ ਵੀ ਬਹੁਤ ਉਹ ਮਾਰ ਨਹੀਂ ਕਰ ਰਹੀ ਜੀ ਜੀ ਬਾੜਾ ਪਾਣੋਂ ਕੋਈ ਪਾਲੀ ਲੋਡ ਵੀ ਨਹੀਂ ਹੈਗੀ ਜਿੰਨੇ ਆਪਾਂ ਪੰਜਾਬੀ ਬੰਦੇ ਆ ਆਪਾਂ ਹੋਰ ਵੀ ਅਡਜਸਟੈਂਸ ਸਾਈਟੋक्रोਮ 450 ਆਪਣੇ ਜੀ ਡਵੈਲਪ ਹੋ ਜਾਣਾ ਹੈ ਅੱਛਾ ਜੀ ਠੀਕ ਹੈ ਤੀਜੀ ਪੁਆਇੰਟ ਤਾਂ ਤਾਈਓ ਆਪਾਂ ਹਾਰਡ ਵਰਕਰ ਆ ਜੀ ਤੀਜੀ ਗੱਲ ਹੈਗੀ ਹੈ ਕਿ ਜਿਹੜੀ ਡਾਕਟਰ ਸਾਹਿਬ ਤੋਂ ਵੀ ਪੁੱਛ ਲਿਓ ਤੁਸੀਂ ਜਰਮਨੀ ਦੇ ਵਿੱਚ ਤੁਹਾਨੂੰ ਮੈਂ ਐਗਜ਼ਾਮਪਲ ਦੇ ਦੇਣਾ ਜੀ ਜੀ ਦੋ ਦੋ ਬਿਲਕੁਲ ਸਮਾਂ ਥੋੜਾ ਬਿਲਕੁਲ ਸ਼ਾਰਟ ਦੇ ਵਿੱਚ ਇੱਕ ਨਰਸ ਦੇ ਇੱਕ ਸਾਊਥ ਜਰਮਨੀ ਜਿਹੜੇ ਦੋਨੇ ਇਕੱਠੇ ਹੋ ਗਏ ਹੂੰ ਪਹਿਲੀ ਜਰਮਨੀ ਦੇ ਵਿੱਚ ਬਹੁਤ ਜੱਦ ਜਿਹੜੀ ਦੂਜੀ ਜਰਮਨੀ ਦਾ ਪਾਰਟ ਆ ਉੱਥੇ ਬੜੀ ਪੋਲੂਸ਼ਨ ਆ ਇਹ ਪੂਰਬੀ ਜਰਮਨੀ ਤੇ ਪੱਛਮੀ ਜਰਮਨੀ ਦੀ ਜਿਹੜੀ ਗੱਲ ਹਾਂ ਜੀ ਹਾਂ ਜੀ ਇੱਕ ਜਰਮਨੀ ਦੇ ਵਿੱਚ ਬਹੁਤ ਆ ਮੇਰਾ ਰਿਸਰਚ ਮੈਂ ਜਾ ਵੜਦਾ ਕਈ ਵਾਰ ਪੇਪਰ ਪੜ੍ਹਨ ਤੇ ਉੱਤੇ ਬੜੀ ਪੋਲੂਸ਼ਨ ਆ ਜੀ ਪੂਰਬੀ ਜਰਮਨੀ ਚ ਹਾਂ ਜੀ ਹਾਂ ਜੀ ਔਰ ਦੂਜੀ ਜਰਮਨੀ ਬੜੀ ਸਾਫ਼ ਰਹਿੰਦੀ ਆ ਨਹੀਂ ਤੁਸੀਂ ਪੋਜ਼ ਨਾ ਲਓ ਗੱਲ ਕਰਦੇ ਰਹੋ ਸਮਾਂ ਘਟ ਹੈ ਆਪਣੇ ਕੋਲ ਹਾਂਜੀ ਉਹ ਉਹ ਜਿਸ ਕਰਕੇ ਪਰ ਜਿਹੜੀ ਜਰਮਨੀ ਤੇ ਜ਼ਿਆਦਾ ਪੋਲੂਸ਼ਨ ਆ ਉੱਥੇ ਹੁਣ ਕਿਸੇ ਨੂੰ ਐਸਥਮਾ ਹੁੰਦਾ ਹੀ ਨਹੀਂ ਨਾ ਅਲਰਜੀ ਹੁੰਦੀ ਆ ਲੇਕਿਨ ਜਿਹੜੀ ਜਰਮਨੀ ਸਾਫ਼ ਆ ਉੱਥੇ ਲੋਕਾਂ ਨੂੰ ਇਮੀਡੀਏਟਲੀ ਹੋ ਜਾਂਦੀ ਆ ਜੀ ਤੁਹਾਡਾ ਕਹਿਣਾ ਮਤਲਬ ਹੈ ਕਿ ਜਿਹੜੀਆਂ ਜਿਹੜੀਆਂ ਪਰਸਥਿਤੀਆਂ ਅਸੀਂ ਡੈਫੀਨੇਟਲੀ ਗੈਸ ਟੂ ਇਟਸ थैंक यू ਸਰ ਇੱਥੇ ਇੱਕ ਬ੍ਰੇਕ ਲੈਣਾ ਸਮਾਂ ਅਜਾਜ਼ਤ ਨਹੀਂ ਦਿੰਦਾ ਕਿ ਲੰਮੀ ਖਿੱਚੀਏ ਗੱਲ ਪਰ ਤੁਹਾਡਾ ਨੁਕਤਾ ਮੈਂ ਦਰਸ਼ਕਾਂ ਨੂੰ ਸਪਸ਼ਟ ਕਰ ਦੇਣਾ ਹੈ ਇਹ ਕਹਿੰਦੇ ਨੇ ਡਾਕਟਰ ਜਸਪੀਰ ਹੋਰ ਇਹ ਕਿ ਬਦਲਦੀਆਂ ਪਰਸਥਿਤੀਆਂ ਦੇ ਮੁਤਾਬਕ ਸਾਡੀ ਜਿਹੜੀ ਇਮਿਊਨ ਸਿਸਟਮ ਹੈ ਜਾਂ ਸੈਂਡ ਸ਼ੀਲਡਾ ਉਸੇ ਤਰੀਕੇ ਨਾਲ ਬਦਲਦੀ ਹੈ ਪਰ ਅੰਕੜੇ ਸਾਡੇ ਸਾਹਮਣੇ ਨੇ ਇੱਕ ਬ੍ਰੇਕ ਲੈਣੇ ਬ੍ਰੇਕ ਤੋਂ ਬਾਅਦ ਅਸੀਂ ਬਾਕੀ ਦਰਸ਼ਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਦੇਖਦੇ ਰਹੋ ਐਸੀ ਤਰ੍ਹਾਂ ਜਸ ਪੰਜਾਬੀ ਬ੍ਰੀਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਸੁਰੇਂਦਰ ਸਿੰਘ ਤੁਹਾਡਾ ਅਜੀਜ਼ ਹਾਜ਼ਰ ਅੱਜ ਦਾ ਮੁੱਦਾ ਨਸਲ ਕੁਸ਼ੀ ਸਿੱਖ ਨਸਲ ਕੁਸ਼ੀ ਤੇ ਪੈਸਟੀਸਾਈਜ਼ ਸਾਈਡਸ ਜਿਹੜੀਆਂ ਹੈਗੀਆਂ ਨੇ ਕਿਹੜੇ ਮਾਰ ਦਵਾਈਆਂ ਉਹਨਾਂ ਦੀ ਗੱਲ ਕਰਦੇ ਆ ਤੇ ਪਰ ਅਸੀਂ ਮੈਂ ਸਿੱਧਾ ਮੈਂ ਦਰਸ਼ਕਾਂ ਦੇ ਜਿਹੜਾ ਮਤਲਬ ਵਿਚਾਰ ਨੇ ਉਹ ਵੀ ਜਾਣਨਾ ਚਾਹਾਂਗਾ ਬੇਨਤੀ ਕਰਦਾ ਛੋਟੇ ਛੋਟੇ ਰੱਖਿਓ ਤੇ ਗੱਲਬਾਤ ਆਪਾਂ ਸਾਰਿਆਂ ਨਾਲ ਕਰਨੀ ਹੈ ਹਾਂਜੀ ਸਵਾਗਤ ਹੈ ਤੁਸੀਂ ਔਨ 에ਅਰ ਹੋ ਜੀ ਹਾਂਜੀ ਸਵਾਗਤ ਹੈ ਤੁਹਾਡਾ ਬੋਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸੁਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੇ ਕਿੱਥੋਂ ਬੋਲ ਰਹੇ ਹੋ ਸਰ ਇਹ ਸੋਤਿਆ ਨੂੰ ਮੇਰਾ ਨਾਮ ਹੈ ਹਰਪ੍ਰਿੰਦ ਸਿੰਘ ਸਮਰਾ ਜੀ ਕਿ ਮੈਂ ਫਾਰਮਰ ਵੀ ਆਇਆ ਇੱਥੇ ਤੇ ਸਾਡੇ ਸਭ ਤੋਂ ਜਿਹੜੀ ਵੱਡ ਪ੍ਰੋਬਲਮ ਹੈਗੀ ਆ ਉਹ ਸਾਡੇ ਜਿਹੜੇ ਪੰਜਾਬ ਦੇ ਵਿੱਚ ਇੱਕ ਤਾਂ ਅਨਪੜ੍ਹ ਫਾਰਮਰ ਜਿਹੜੇ ਬਚ ਗਏ ਜਿੰਨੇ ਪੜ੍ਹੇ ਲਿਖੇ ਬੰਦੇ ਆ ਪਰਵਾਹ ਤੋਂ ਕੋਈ ਵੀ ਪੜ੍ਹ ਲਿਖ ਜਾਂਦਾ ਜੀ ਉਹ ਪਹਿਲਾਂ ਬਾਹਰ ਦੀਆਂ ਨੌਕਰੀਆਂ ਲੱਭਦੇ ਆ ਤੇ ਫਾਰਮਿੰਗ ਜਿਹੜੀ ਉਹ ਸਿਰਫ ਅਨਪੜ੍ਹ ਬੰਦਿਆਂ ਦੇ ਹੱਥ ਰਹਿ ਜਾਂਦੀ ਆ ਜੀ ਕੁਝ ਜਿਹੜੇ ਸਾਡੇ ਸਕਸੈਸਫੁਲ ਬੰਦੇ ਹੈਗੇ ਆ ਉਹ ਹਾਲੇ ਵੀ ਕੈਮੀਕਲ ਜਿਹੜੇ ਯੂਜ਼ ਕਰਦੇ ਆ ਹੂੰ ਹੂੰ ਬੜੇ ਹੀ ਵਧੀਆ ਤਰੀਕੇ ਨਾਲ ਕਰਦੇ ਹੋਣਗੇ ਜਿੱਦਾਂ ਅਮਰੀਕਾ ਦਾ ਅਸੀਂ ਇੱਥੇ ਸਾਡਾ ਆਗਰਾ ਸਿਸਟਮ ਆ ਹੂੰ ਹੂੰ ਕਿ ਤੁਹਾਡੇ ਕੋਲ ਇੱਕ ਪਰਮਿਟ ਲੈਣਾ ਪੈਂਦਾ ਤੁਹਾਨੂੰ ਉਦੋਂ ਇੱਕ ਪੂਰੀ ਬੋਕ ਪਾਣੀ ਪੈਂਦੀ ਆ ਜਿਹਦੇ ਉੱਤੇ ਤੁਹਾਨੂੰ ਟੈਸਟ ਦੇਣਾ ਪੈਂਦਾ ਉਹ ਟੂ ਸਮ ਐਕਸਟੈਂਡ ਤੁਸੀਂ ਐਜੂਕੇਟਿਡ ਹੋਣੇ ਚਾਹੀਦੇ ਪੂਰਾ ਚੈੱਕ ਹੈ ਮਤਲਬ ਕਹਿਣ ਦਾ ਭਾਵ ਤੁਹਾਡਾ ਇਹ ਪੂਰਾ ਚੈੱਕ ਦੋਵੇਂ ਪਾਸੇ ਬਹੁਤ ਧੰਨਵਾਦ ਜੀ ਤੁਹਾਡਾ ਜੀ ਮੈਂ ਬੇਨਤੀ ਕਰਦਾ ਮੈਂ ਮੈਂ ਤੁਹਾਨੂੰ ਰੋਕਾਂਗਾ ਇੱਥੇ ਬਹੁਤ ਸਾਰੇ ਕੋਲਰ ਨੇ ਮੈਂ ਤਿੰਨ ਚਾਰ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨਾਲ ਗੱਲ ਕਰਕੇ ਸ਼ੋਅ ਇਹ ਕੰਮ ਦੀ ਗੱਲ ਆ ਭਾਜੀ ਦੂਜਾ ਦੂਜਾ ਪੁਆਇੰਟ ਸ਼ੋਅ ਮੇਰਾ ਇੱਕ ਹੋਰ ਕਿ ਉਹ ਗਵਰਨਮੈਂਟ ਜਿਹੜੀ ਸਾਡੀ ਬਿਲਕੁਲ ਫਲੇਵਰ ਆ ਜੀ ਸੋ ਸਭ ਤੋਂ ਜ਼ਿਆਦਾ ਜੇ ਜ਼ਿੰਮੇਵਾਰ ਹਨ ਪੜਿਆ ਤੇ ਗਵਰਨਮੈਂਟ ਜਿਹੜੀ ਆ ਉਹ ਬਿਲਕੁਲ ਹੀ ਕੇਅਰਲੈਸ ਆ ਬਾਕੀ ਜੋ ਕਿਸੇਗਾ ਉਹ ਸਾਰਾ ਸਾਈਡ ਇਫੈਕਟ ਆ ਜੀ ਜੀ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਚੁੜੇ ਸਾਡੇ ਨਾਲ ਕਾਲ ਕੀਤੀ ਸ਼ੁਕਰੀਆ ਹਾਂਜੀ ਔਨ 에ਰ ਹੋ ਜੀ ਤੁਸੀਂ ਸਵਾਗਤ ਹੈ ਤੁਹਾਡਾ ਹਾਂਜੀ ਬਹਾਦਰ ਸਿੰਘ ਸੈਟਲ ਤੋਂ ਬੋਲ ਰਿਹਾ ਜੀ ਹਾਂਜੀ ਹੁਕਮ ਕਰੋ ਜੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ 1947 ਦੇ ਵਿੱਚ ਪੰਜਾਬ ਦੇ ਖਰਚੇ ਵਿੱਚ 1 ਰੁਪਿਆ ਖਰਚ ਕੀਤਾ ਜਾਂਦਾ ਸੀ ਉਸ ਤੋਂ ਬਾਅਦ 1951 ਦੀ ਹਿੰਦੂ ਮਰਦਮਸ਼ੂਮਾਰੀ ਦੇ ਕਾਰਨ ਹਿੰਦੀ ਜ਼ਬਾਨ 50% ਬਣ ਗਈ ਉਹਦੇ ਵਿੱਚ ਉਹਦਾ 1 ਰੁਪਿਆ ਦਾ 50% ਰਹਿ ਗਿਆ ਉਸ ਤਰ੍ਹਾਂ 2101 ਦੀ ਮਰਦਮਸ਼ੂਮਾਰੀ ਵਿੱਚ ਉਹਦੇ ਵਿੱਚ ਸਿਰਫ 17 ਪੈਸੇ ਰਹਿ ਗਏ ਹੂੰ ਹੂੰ ਪੰਜਾਬੀ ਦਾ ਕੀ ਪ੍ਰਚਾਰ ਕਰ ਸਕਦੇ ਹਾਂ ਅੱਛਾ ਇਸੇ ਤਰ੍ਹਾਂ ਅੱਜ ਦੀ ਤਰੀਕ ਵਿੱਚ ਬੇਨਤੀ ਹੈ ਕਿ ਸਾਡੇ ਸਾਹਮਣੇ 51 ਮਰਦਮਸ਼ੁਮਾਰੀ ਹੋ ਰਹੀ ਹੈ 2021 2012 ਦੀ ਸ਼ਾਰਟ ਦੇ ਵਿੱਚ ਰੱਖੋ ਜੀ ਜੋ ਵੀ ਜਿੰਨੀ ਜਿੰਨੀ ਗਿਣਤੀ ਹੋਵੇ ਜੀ ਉਹਦੇ ਬੇਸ ਕੀ ਕਹਿੰਦੇ ਨੇ ਪੰਜਾਬੀ ਉੱਤੇ ਖਰਚ ਕੀਤਾ ਜਾਵੇਗਾ ਸੋ ਆਸ ਰੱਖਦਾ ਹਾਂ ਕਿ ਤੁਸੀਂ ਇਸ ਨੂੰ ਸਾਰੀਆਂ ਸਿਕ ਸੋਸਾਇਟੀਆਂ ਦੀਆਂ ਕਿਸ ਤਰ੍ਹਾਂ ਝੋੜ ਦੇ ਵਿੱਚ ਹਾਂ ਜੀ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਜਿਹੜੀ ਆਵਾਜ਼ ਹੈ ਦੁਨੀਆ ਭਰ ਦੇ ਵਿੱਚ ਲੋਕ ਸੁਣ ਰਹੇ ਨੇ ਸ਼ੁਕਰੀਆ ਹਾਂ ਜੀ ਔਨ 에ਰ ਹਾਂ ਜੀ ਤੁਸੀਂ ਸਵਾਗਤ ਹੈ ਤੁਹਾਡਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਰੀਕਾ ਤੋਂ ਬੋਲਦਾ ਕੈਲੀਫੋਰਨੀਆ ਤੋਂ ਤੁਹਾਨੂੰ ਸਤਿ ਸਵਾਗਤ ਹੈ ਜੀ ਬੋਲੋ ਜਿਸਾ ਤੁਸੀਂ ਦੱਸਿਆ ਨਾ ਕਿ ਕੌਮ ਜਿਹੜੀ ਹੈ ਲੀਡਰਲੈਸ ਹੋ ਗਈ ਹੈ ਸਾਜਾ ਪੋਲਿਟਿਕਲ ਲੀਡਰ ਰਿਲੀਜੀਅਸ ਲੀਡਰ ਤੇ ਜਿਹੜੇ ਧਾਰਮਿਕ ਲੀਡਰ ਦੋਸੇ ਸਾਰੇ ਕ腐ਸ਼ਨ ਤੋਂ ਹੋ ਗਏ ਕੋਈ ਸੇਧ ਦੇਣ ਵਾਲਾ ਹੈ ਹੀ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਐਜ਼ ਅ ਸਿੱਖ ਕੌਮ ਪਰ ਉਹਦੀ ਗੱਲ ਨਹੀਂ ਮੰਨਦੇ ਇਸ ਕਰਕੇ ਸਾਨੂੰ ਲੀਡਰ ਐ ਸੋਣ ਕੇ ਸਾਨੂੰ ਨਹੀਂ ਇਹ ਮੈਨੂੰ ਗੱਲ ਯਾਦ ਆਉਂਦੀ ਆ ਕਿ 84 ਵਿੱਚ ਇੱਕ ਪੋਲਿਟਿਕਲ ਆਫਸਰ ਨੇ ਕਿਹਾ ਸੀ ਅਸੀਂ ਤੁਹਾਡੀ ਕੌਮ ਤੁਹਾਨੂੰ ਬਿਲਕੁਲ ਮਿਸਾਬਲ ਕਰਦਾਂਗੇ ਜਨਰਲ ਬੀਕੇ ਐਨ ਛੇਬਰ ਨੇ ਕਿਹਾ ਸੀ ਗੁਰਦਾਸਪੁਰ ਦੇ ਵਿੱਚ ਸਟੇਟਮੈਂਟ ਦਿੱਤੀ ਸੀ ਇਹ ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਜੁੜੇ ਸਾਡੇ ਨਾਲ ਗੱਲਬਾਤ ਕੀਤੀ ਸਮਾਂ ਇਜਾਜ਼ਤ ਨਹੀਂ ਦਿੰਦਾ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਇਸ ਵੇਲੇ ਉਹਨਾਂ ਦੀਆਂ ਕੋਲਾ ਆ ਰਹੀਆਂ ਨੇ ਹੱਥ ਜੋੜ ਕੇ ਮਾਫੀ ਮੰਗਦਾ ਮੈਂ ਉਹਨਾਂ ਤੋਂ ਵਿਚਾਰ ਤਾਂ ਸਾਰਿਆਂ ਦੇ ਸੁਣਨੇ ਚਾਹੀਦੇ ਨੇ ਸਾਨੂੰ ਤੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਹੈਗਾ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾਮ ਨਹੀਂ ਕਰ ਕਰ ਰਹੀ ਤਰੀਕ ਸਮੇਂ ਖਿਸਕਾਈ ਕਨੀ ਭਾਈ ਵੀਰ ਸਿੰਘ ਹੋਰਾਂ ਨੇ ਕਿਹਾ ਮੈਂ ਦੱਸ ਦਿਆਂ ਕਿ ਜੇ ਨਸਲ ਕੁਸ਼ੀ ਨੂੰ ਰੋਕਣਾ ਤਾਂ ਜ਼ਰੂਰ ਜਿਹੜੇ ਖਾਸ ਕਰਕੇ ਅਖੌਤੀ ਲੀਡਰ ਨੇ ਚਾਹੇ ਉਹ ਸਿੱਖ ਜਥੇਬੰਦੀਆਂ ਦੇ ਨੇ ਭਾਵੇਂ ਕਿਸਾਨ ਆਗੂ ਨੇ ਕਿਸੇ ਵੀ ਕੋਈ ਸਮਾਜ ਸੇਵੀ ਆਗੂ ਨੇ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਪਏਗਾ ਨਹੀਂ ਤਾਂ ਆਉਣ ਵਾਲਾ ਜਿਹੜਾ ਸਮਾਂ ਇਤਿਹਾਸ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰੂਗਾ ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਜੇਕਰ ਹੋਰ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਮੇਰੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ SURENDER@JUSTBROADCASTING.COM ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਜੇ ਹੋਰ ਜਾਣਕਾਰੀ ਚਾਹੀਦੀ ਹੈ info@justbroadcasting ਤੇ ਤੁਸੀਂ ਮੇਲ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਗਤਾਰ ਜੱਗੀ ਅਗਲਾ ਸ਼ੋਅ ਲੈ ਕੇ ਹਾਜ਼ਰ ਨੇ ਤੇ ਮੈਨੂੰ ਦਿਓ ਇਜਾਜ਼ਤ ਸ਼ੁਕਰਵਾਰ ਮਿਲਦੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ